بالله من الشيطان الرجيم. بسم الله الرحمن الرحيم. أما بعد فأعوذ بالله السميع العليم من الشيطان الرجيم. بسم الله الرحمن الرحيم. إن عدة الشهور عند الله اثنا عشر شهرا في كتاب الله يوم خلق السماوات والأرض منها أربعة حرم ذلك الدين القيم فلا تظلموا فيهن أنفسكم. ہر قسم کی حمد و ثنا تعریف کی بڑائی بڑائی اللہ رب العزت دی ذات بابرکت دے واسطے درود و سلام انگنت لا تعداد بے حد و حساب بے شمار اس ہستی اقدس و مقدس سے جنہ دا نام نامی اسم گرامی محمد الرسول اللہ صلی اللہ علیہ وآلہ وسلم. عزیز و صاحب و ساتھی و دوست و بزرگ و میری پلدہ نشین ماؤں اور بہنوں، آج دے خطبہ جمعۃ المبارک دے اندر محرم الحرام اور ایدے چند ایک مسائل نوں انشاءاللہ بیان کرانگے. اللہ سانو سمجھن دی توفیق عطا فرمائے اور پھر عمل دی بھی سانو توفیق عطا فرمائے. سمجھ آ جاندی ہے سن لینے ہاں لیکن عمل دی توفیق گھٹ ملدی ہے. دی بہت ضرورت ہے کہ اللہ سانو قرآن اور سنت تے عمل دی توفیق دے دے. پتہ نہیں دل کالے ہو گئے نے، سیاہ ہو گئے نے، اتھوں ڈرائی جاؤ، آیتاں سنائی جاؤ پڑھ پڑھ کے، ہیں بس راہ لائی جاؤ تو چومی جان گے. باہر جا کے جی بڑا مزہ آیا، چس بڑی آئی ہے، لیکن اللہ دا خوف ڈر جڑا کچھ سنے ہیں اوندے تے عمل شاید کسی دوسری مخلوق نے آن کے کرنا ہے. جتی پانے ہاں جڑا کچھ سنے ہوں ہے شاید ایتھے ہی سڈ کے باہر بوا نکل دیا ہی جڑی چیز سنی ہوں دی مخالفت شروع ہو گیا.
ਯਾਰ ਇੱਕ ਮੁਸਲਮਾਨ ਬੰਦਾ ਜਿਹਦਾ ਦਿਲ ਦਿਲ ਜ਼ਿੰਦਾ ਹੈ ਔਰ ਦਿਲ ਸਫੈਦ ਸਿਆਹ ਨਹੀਂ ਹੋਇਆ, ਉਹ ਇਹ ਸੁਣ ਲਵੇ ਕਿ ਇਹ ਕੰਮ ਕਰਨਾ ਹਰਾਮ ਹੈ ਫਿਰ ਵੀ ਕਰੇ, ਇਹ ਕੀ ਹੋ ਸਕਦਾ? ਬਦਮਾਸ਼ੀ ਹੈ ਅੱਲਾ ਦੇ ਨਾਲ, ਜਾਂ ਯੋਮੇ ਆਖਰਤ 'ਤੇ ਈਮਾਨ ਨਹੀਂ ਦਾ ਹੈ, ਜਾਂ ਈਮਾਨ ਦੀ ਕਮੀ ਹੈ, ਦਿਲ ਸਿਆਹ ਹੋ ਗਿਆ, ਕੀ ਚੀਜ਼ ਹੈ? ਤੁਸੀਂ ਅੰਦਾਜ਼ਾ ਲਗਾਓ ਕਿ ਵਾਜ਼ੇ ਸੁਣ ਲਿਆ। ਇੱਕ ਤਾਂ ਹੁੰਦਾ ਨਾ ਇੱਕ ਚੀਜ਼ 'ਚ ਇਖਤਲਾਫ ਹੈ ਯਾਰ, ਕਿ ਇੱਕ ਕਹਿ ਕੁਝ ਉਲਾਮਾ ਕਹਿੰਦੇ ਨੇ ਜਾਇਜ਼, ਕੁਝ ਕਹਿੰਦੇ ਨੇ ਕਿ ਜਾਇਜ਼ ਨਹੀਂ, ਅਤੇ ਫਿਰ ਤਾਂ ਚਲੋ ਬੰਦਾ ਕਹਿੰਦਾ ਯਾਰ ਕਿ ਆਪਾਂ ਇਹਨਾਂ ਦੀ ਮੰਨ ਲੈਂਦੇ ਨੇ ਜਿਹੜੇ ਕਹਿੰਦੇ ਨੇ ਅਜਾਇਜ਼ ਨਹੀਂ ਹੈ, ਜਾਇਜ਼ ਹੈ। ਇੱਕ ਚੀਜ਼ ਬਿਲਕੁਲ ਉਲਾਮਾ ਦਾ ਇਤਫਾਕ ਹੈ, ਇਜਮਾ ਹੈ, ਕੁਰਾਨੋ ਸੁਨਤ ਦਾ ਮੌਕਫ ਆ ਗਿਆ ਕਿ ਇਹ ਚੀਜ਼ ਹਲਾਲ ਹੈ, ਇਹ ਹਰਾਮ ਹੈ, ਫਿਰ ਵੀ ਇੱਕ ਬੰਦਾ ਮੁਸਲਮਾਨ ਹੋ ਕੇ ਕਲਮਾ ਪੜਿਆ ਹੋਇਆ ਉਹ ਬਾਜ਼ ਨਾ ਆਵੇ, ਉਹਨੂੰ ਆਪਣੀ ਖੈਰ ਮਨਾਉਣੀ ਚਾਹੀਦੀ। ਆਮ ਰੂਟੀਨ ਦੇ ਅੰਦਰ ਹੁੰਦਾ ਸਾਡੇ ਅਹਲੇ ਹਦੀਸਾਂ ਦੇ ਅੰਦਰ, ਜਿਹੜੇ ਜ਼ਿਆਦਾਤਰ ਮਸ਼ਹੂਰ ਖੁਤਬਾ ਪਤਾ ਕੀ ਤਰੀਕੇ ਕਾਲ ਚੱਲ ਰਿਹਾ, ਇੱਕ ਭੇੜ ਚਾਲ ਫੜੀ ਹੋਈ ਹੈ। ਸਾਲ ਦੇ 12 ਮਹੀਨਿਆਂ ਦੇ ਨਾ ਜੁਮੇ ਵੰਡੇ ਹੋਏ ਨੇ, ਰਬੀ ਉਲ ਅਵਲ 'ਚ ਕੀ ਹੈ ਜੀ, ਰਬੀ ਉਲ ਅਵਲ ਆ ਗਿਆ, ਚਾਰ ਜੁਮੇ ਆਣ, ਪੰਜ ਜੁਮੇ ਆਣ, ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਵਲਾਦਤ, ਵਫਾਤ, ਸ਼ਾਨ, ਖਸੂਸੀਅਤ, ਅਜ਼ਮਤ ਸਾਰੇ ਇੱਥੇ ਹੀ ਰੱਖਣੇ। ਮੈਨੂੰ ਦੱਸੋ 12 ਰਬੀ ਉਲ ਅਵਲ ਤੋਂ ਇਲਾਵਾ ਕਿਸੇ ਹੋਰ ਜੁਮੇ 'ਚ ਸ਼ਾਨ ਬਿਆਨ ਨਹੀਂ ਹੋ ਸਕਦੀ? ਲੇਕਿਨ ਕੀ ਹੈ ਰੂਟੀਨ ਫੜ ਲਈ, ਮੁਹਰਮ ਉਲ ਹਰਾਮ ਦਾ ਮਹੀਨਾ ਆ ਗਿਆ, ਸਿਰਫ ਸਹਾਬਾ ਦੀ ਸ਼ਾਨ ਬਿਆਨ ਕਰਨੀ ਹੈ, ਅਜ਼ਮਤ ਬਿਆਨ ਕਰਨੀ ਹੈ, ਉਦੋਂ ਵੱਧ ਕੇ ਕੋਈ ਹੋਰ ਕੰਮ ਨਹੀਂ। ਅੱਲਾਹ ਦੇ ਬੰਦਿਓ, ਇੱਥੇ ਤੁਹਾਡੇ ਕੋਲ ਜਿਹੜਾ ਵੀ ਖਤੀਬ ਆਇਆ ਮੇਰੇ ਤੋਂ ਪਹਿਲੇ, ਮੇਰੇ ਹੁੰਦਿਆਂ ਪਹਿਲੀ ਦਫ਼ਾ ਮੁਹਰਮ ਆਇਆ, ਮੈਂ ਹਲੇ ਉਸ ਅੰਦਾਜ਼ ਨਾਲ ਕੋਈ ਨਹੀਂ ਬਿਆਨ ਕੀਤੀ। ਵੈਸੇ ਤੁਸਾਂ ਸਹਾਬਾ ਦੀ ਸ਼ਾਨ ਕਿੰਨੀ ਦਫ਼ਾ ਸੁਣ ਲਈ ਹੋਏਗੀ, ਸੁਣੀ ਹੈ ਕਿ ਨਹੀਂ? ਅਜ਼ਮਤ ਵੀ ਸੁਣੀ, ਸ਼ਾਨ ਵੀ ਸੁਣੀ ਹੈ। ਹੁਣ ਬੰਦਾ ਚਾਲ ਜੁਮੇ ਸਿਰਫ ਅਜ਼ਮਤ ਅਤੇ ਸ਼ਾਨ 'ਤੇ ਰੱਖ ਦੇਵੇ, ਮਾੜੀ ਗੱਲ ਯਾਰ, ਟਾਈਮ ਜ਼ਾਇਆ ਨਹੀਂ ਕਰਨਾ ਚਾਹੀਦਾ। ਇੱਕ ਜੁਮੇ 'ਚ ਕੁੱਲੀ ਤੌਰ 'ਤੇ ਸਾਰੇ ਸਹਾਬਾ ਦੀ ਸ਼ਾਨ ਬਿਆਨ ਕਰ ਦਿਓ, ਰਹੀ ਇਨਫਰਾਦੀ ਤੌਰ 'ਤੇ, ਉਹ ਬੰਦਾ ਸਾਲ ਦੇ ਦਰਮਿਆਨ ਵਕਤਨ ਫਵਕਤਨ ਕਿਤੇ ਵੀ ਬਿਆਨ ਕੀਤੀ ਜਾ ਸਕਦੀ। ਫਿਰ ਯਾਦ ਰੱਖਿਆ ਜੇ ਜ਼ਿੰਦਗੀ ਸਾਰੀ ਦੇ ਜਿਹੜੇ ਅਹਿਮ ਮਸਾਇਲ ਨੇ ਨਾ, ਜ਼ਿੰਦਗੀ ਗੁਜ਼ਾਰਨ ਦਾ ਸਾਰਾ ਤਰੀਕਾ ਇਹ ਮੇਰੇ ਪੈਗੰਬਰ ਦੀ ਸੀਰਤ ਹੈ, ਇਹ ਸਹਾਬਾ ਦੀ ਸੀਰਤ ਹੈ। ਤਜਾਰਤ ਦੇ ਮਾਮਲਾਤ ਨੂੰ ਅਸਾਂ ਡਿਸਕਸ ਕਰੀਏ, ਬਿਆਨ ਕਰੀਏ, ਹਲਾਲ ਹਰਾਮ ਨੂੰ ਬਿਆਨ ਕਰੀਏ, ਨਿਕਾਹ ਦੇ ਮਸਾਇਲ ਬਿਆਨ ਕਰੀਏ, ਸੂਦ ਦੇ ਬਿਆਨ ਕਰੀਏ, ਇਹ ਸਾਰੇ ਮੇਰੇ ਪੈਗੰਬਰ ਦੀ ਸੀਰਤ ਨਹੀਂ ਦੀ? ਮੇਰੇ ਪੈਗੰਬਰ ਦੀ ਜ਼ਿੰਦਗੀ ਦੇ ਸਾਰੇ ਤਰੀਕੇ ਸਾਨੂੰ ਦੱਸੇ ਹੋਏ ਨਹੀਂ? ਨਿਕਾਹ ਦਾ ਪੈਗਾਮ ਲੈ ਲਈਏ, ਕਿਆ ਨਿਕਾਹ ਦਾ ਪੈਗਾਮ ਜਾ ਕੇ ਸੋਹਣੇ ਪੈਗੰਬਰ ਦੀ ਜ਼ਿੰਦਗੀ ਨਾਲ ਰਲੇਗਾ ਨਹੀਂ? ਸਾਰਾ ਤਰੀਕੇਕਾਰ ਸਾਨੂੰ ਕਿਹਨੇ ਦੱਸਿਆ? ਸੋਹਣੇ ਪੈਗੰਬਰ ਨੇ। ਇਸ ਵਾਸਤੇ ਯਾਰ ਨਾ, ਸਾਡੇ ਮੁਆਸ਼ਰੇ ਦੀ ਸਲਾਹ ਕਿਉਂ ਨਹੀਂ ਹੋ ਰਹੀ? ਉਹਦੀ ਇੱਕ ਵਜ੍ਹਾ ਇਹ ਵੀ ਹੈ, ਜਿੱਥੇ ਵੀ ਅਜ਼ਮਤ ਰਸੂਲੁੱਲਾ, ਸ਼ਾਨ ਰਸੂਲੁੱਲਾ, ਵਲਾਦਤ ਰਸੂਲੁੱਲਾ, ਬਸ ਇਹ ਇਖਲਾਕ ਮੁਸਤਫਾ, ਇਹ ਚੀਜ਼ਾਂ ਬਿਆਨ ਹੋ ਰਹੀਆਂ। ਅੱਲਾਹੁ ਅਕਬਰ ਕਬੀਰਾ। ਮੁਹਰਮ ਉਲ ਹਰਾਮ ਉਹਨਾਂ ਚਾਰਾਂ ਮਹੀਨਿਆਂ ਦੇ ਅੰਦਰੋਂ ਸਭ ਤੋਂ ਪਹਿਲੇ ਮੈਂ ਦਾ ਪਸੇ ਮੰਜ਼ਰ ਤਾਰੀਖੀ ਇਤਬਾਰ ਦੇ ਨਾਲ ਔਰ ਸ਼ਰੀ ਇਤਬਾਰ ਦੇ ਨਾਲ ਰੱਖਾਂਗੇ। ਆਇੰਦਾ ਜੁਮੇ 'ਚ ਕੋਸ਼ਿਸ਼ ਕਰਾਂਗੇ ਕਿ ਵਾਕਿਆ ਇੱਕ ਕਰਬਲਾ ਜਿਹੜਾ ਅੱਜ ਤੱਕ ਤੁਸਾਂ ਸੁਣਿਆ ਨਾ, ਉਹਨੂੰ ਸਾਰੇ ਨੂੰ ਝੂਠਾ ਸਾਬਤ ਕਰਕੇ ਅਤੇ ਸਹੀ ਤੁਹਾਨੂੰ ਦੱਸੀਏ, ਸਹੀ ਬਿਆਨ ਕਰੀਏ ਜ਼ਿੰਦਗੀ ਰਹੀ ਤਾਂ ਇਨਸ਼ਾਅੱਲਾ, ਕਿ ਵਾਕਿਆ ਕਰਬਲਾ ਕੀ ਚੀਜ਼ ਹੈ, ਕਿੰਝ ਹੋਇਆ, ਅੱਜ ਤੱਕ ਅਸਾਂ ਜੋ ਸੁਣਿਆ ਹਕੀਕਤ ਇਹਦੇ ਬਿਲਕੁਲ ਉਲਟ ਹੈਗੀ ਹੈ।
محرم الحرام دا شرعی اعتبار نال اور تاریخی اعتبار نال اگر پس منظر بیان کریے، یہ شرعی اعتبار نال بھی بڑی عظمت والا مہینہ ہے تے تاریخی اعتبار نال بھی بڑے بڑے اہم واقعات اس مہینے دے اندر پیش آئے ہیں۔ نبوی زندگی تو پیچھے چلیے، اگر تاریخی اعتبار نال لگیے، سنے پیغمبر دی زندگی تو پیچھے، حضرت موسیٰ علیہ الصلوۃ والسلام نو جڑی بنی اسرائیل نو فتح ہوندی ہے نا، اے فرعونیاں دے کولوں، محرم الحرام دے مہینے دے اندر ہوئی ہے۔ اور کیڑا دن سی؟ عاشورا دا، 10 محرم دا دن سی دا، جس دن موسیٰ علیہ السلام اور انہاں دی قوم نو فرعونیاں دے کولوں اللہ نے نجات دتی۔ اگر پیارے پیغمبر دی زندگی تو بعد لئیے تے واقعہ کربلا ایک بہت بڑا مسلمانہ دے اندر پریشان کن مرحلہ اور پریشان کن واقعہ ہے۔ دنیا اور آخرت دے عظیم لوگاں دے اندروں جنت دے نوجواناں دے سردار حضرت حسین رضی اللہ تعالی عنہ، انہاں دی شہادت اسے مہینے دے اندر پیش آئی ہے۔ اگر شرعی اعتبار نال دیکھیے، اسے مہینے دے اندر ہی جدوں رمضان دے روزے فرض نہیں سن ہوئے، ادوں روزہ اگر رکھیا جاندہ سی دا مسلمانوں دے اندر، تے 10 محرم دا عاشورا دا روزہ رکھیا جاندہ سی، اے سمجھو فرضی روزہ سی دا عاشورا دا۔ جدوں محرم رمضان المبارک دے مہینے دے اندر اللہ نے روزے فرض کرتے، اے رمضان مہینہ پہلے دا، اے نہیں کہ رمضان روزے آئے نے تے رمضان نہ، نہیں، اے 12 مہینے نے۔ اللہ تعالیٰ ان عدت شہوری عند اللہ 12 شہرا فی کتاب اللہ، اللہ دی کتاب دے اندر جب تو اللہ تعالیٰ نے یوم خلق السماوات والارض، اللہ نے زمین تے آسمان نو پیدا کیتا، اس وقت تو لے کے ہن تک اور قیامت تک سال دے مہینیاں دی تعداد کتنی ہے؟ 12۔ اینا مہینیاں دے نام بھی پیچھو ہی آ رہے ہیں، اور مسلمانہ دے جڑا مہینے دا سال دا ابتدا ہوندی، آغاز ہوندا کیڑے مہینے تو ہوندی ہے؟ محرم الحرام تو ہوندی، جنوری تو ساری نہیں ہوندی، مسلمانہ دی محرم الحرام تو ہوندی ہے۔ جس طرح اللہ تعالیٰ نے رمضان المبارک نو پسند کر کے اندے چ روزے رکھتے، پھر راتاں دے وچوں اللہ تعالیٰ نے لیلۃ القدر دی رات نو چنیا، دنہ دے اندروں اللہ نے جمعے والے دن نو چنیا، اسی طرح اللہ تعالیٰ نے محرم الحرام، ذوالقعدہ، ذوالحجہ اور رجب، انہاں 4 مہینیاں نو سال دے 12 مہینہ چ چن کے انہاں نو اے عزت دتی ہے، احترام دتا ہے شرعی اعتبار دے نال۔ تاریخی پس منظر میں تو دستا، تاریخی اعتبار نال، شرعی اعتبار نال، دورے جاہلیت تو لے کے وی انہاں 4 مہینیاں دا تقدس کیتا جا، عزت کیتی جاندی سی، احترام کیتا جاندا سی۔ جاہلیت دے دور دے اندر بھی لوگ جنگاں لڑدے ہوئے بند کر دیندے سی، جدوں محرم الحرام دا آغاز ہو جاندا یا ذوالقعدہ آ جاندا، ذوالحجہ آ جاندا، رجب دا مہینہ آ جاندا۔ اس اعتبار نال اگر روزہ سی شرعی لحاظ نال فرض روزہ، عاشورا دا روزہ سی، پھر رمضان دے روزے آئے، اینوں نفلی قرار دیتا گیا، اینوں نفلی دی پھر بھی فضیلت اتنی قائم رکھی، فرمایا جڑا بندہ ایک روزہ رکھے گا، اللہ تعالیٰ میں امید کرنا ایک سال جڑا پہلا ساڈا گزر گیا، اللہ وہ گناہ معاف کر دے گا۔
ਜਿਹੜਾ 9 ਮੁਹਰਮ ਦਾ ਰੋਜ਼ਾ ਰੱਖਦਾ। ਹੁਣ ਰੋਜ਼ਾ 9 ਦਾ ਰੱਖਣਾ ਚਾਹੀਦਾ ਜਾਂ 10 ਦਾ ਰੱਖਣਾ ਚਾਹੀਦਾ, ਇੱਕ ਅਲੱਗ ਇਸ਼ੂ ਹੈ। ਲੇਕਿਨ ਇਖਤਸਾਰ ਦੇ ਨਾਲ ਅਗਰ ਯਾਦ ਰੱਖੋ ਤਾਂ 9 ਮੁਹਰਮ ਦਾ ਰੋਜ਼ਾ ਹੈ। ਅਗਰ ਕਿਸੇ ਦਾ ਮਜਬੂਰੀ ਨੂੰ ਰਹਿ ਜਾਵੇ ਤਾਂ ਉਹ 10 ਦਾ ਰੱਖ ਸਕਦਾ, 9 10 ਦਾ ਇਕੱਠਿਆਂ ਵੀ ਰੱਖਿਆ ਜਾ ਸਕਦਾ। ਅੱਲਾਹ ਤਾਲਾ ਨੇ 4 ਮਹੀਨੇ ਨੂੰ ਹੁਰਮਤ ਵਾਲੇ ਮਹੀਨੇ ਬਣਾਇਆ। ਦੌਰੇ ਜਾਹਲੀਅਤ ਦੇ ਅੰਦਰ ਇਹਨਾਂ ਦੀ ਇੱਜ਼ਤ ਇਹਤਰਾਮ ਕੀਤਾ ਜਾਂਦਾ ਸੀ। ਅਗਰ ਮਜਬੂਰੀ ਨੂੰ ਉਹਨਾਂ ਨੂੰ ਲੜਨਾ ਪੈ ਜਾਂਦਾ ਨਾ, ਮੁਸ਼ਰਕੀ ਨੇ ਮੱਕਾ ਨੂੰ ਜਿਹੜੇ ਕਾਫਰ ਲੋਕ ਸਨ, ਕਿਤੇ ਲੜਨਾ ਪੈ ਜਾਂਦਾ ਅਤੇ ਮਹੀਨਾ ਹੁੰਦਾ ਮੁਹਰਮ ਦਾ ਜਾਂ ਜ਼ੁਲਕਾਦਾ ਦਾ, ਜ਼ੁਲਹਜਾ ਜਾਂ ਰਜਬ ਦਾ, ਉਹ ਪਤਾ ਕੀ ਕਰਦੇ ਸੀ? ਪਹਿਲੀ ਤਾਂ ਗੱਲ, ਲੜਾਈ ਕਰਦੇ ਨਹੀਂ ਸੀਗੇ। ਜੰਗੋ ਜਿਦਾਲ, ਜ਼ੁਲਮ, ਸਿਤਮ, ਗੁਨਾਹ ਬੰਦ ਕਰ ਦਿੰਦੇ ਸੀ। ਅੰਦਾਜ਼ਾ ਲਾਓ, ਇੰਨੀ ਗੈਰਤ ਕਾਫਰ ਹੋ ਕੇ ਜਿਹੜੇ 360 ਦੇ ਪੁਜਾਰੀ ਸਨ, ਇੰਨੀ ਗੈਰਤ ਉਹਨਾਂ ਦੇ ਅੰਦਰ ਵੀ ਜ਼ਿੰਦਾ ਸੀ ਕਿ ਮੁਹਰਮੁਲ ਹਰਾਮ ਦਾ, ਜ਼ੁਲਕਾਦਾ ਦਾ, ਜ਼ੁਲਹਜਾ ਦਾ, ਰਜਬ ਦਾ, 4 ਮਹੀਨਿਆਂ ਚੋਂ ਜਦੋਂ ਕਿਸੇ ਵੀ ਮਹੀਨੇ ਦਾ ਆਗਾਜ਼ ਹੋ ਜਾਂਦਾ, ਅੱਲਾ ਦੀਆਂ ਨਾ ਫਰਮਾਨੀਆਂ ਤੋਂ ਬਾਜ਼ ਆ ਜਾਂਦੇ। ਅਸਾਂ ਮੁਸਲਮਾਨ ਨੇ ਪਤਾ ਨਹੀਂ ਇਹੋ ਜਿਹੀ ਵਿਗੜੀ ਹੋਈ ਕੌਮ ਹੈ ਮੁਸਲਮਾਨ ਅੱਜ ਦੇ, ਕਿ ਇਹਨਾਂ ਨੂੰ ਨਹੀਂ ਪਤਾ ਰਮਜ਼ਾਨ ਆਇਆ, ਨਹੀਂ ਪਤਾ ਮੁਹਰਮ ਆਇਆ, ਨਹੀਂ ਪਤਾ ਰਜਬ ਆਇਆ, ਨਹੀਂ ਪਤਾ ਜ਼ੁਲਕਾਦਾ ਜ਼ੁਲਹਜਾ ਆਇਆ। ਇਹਨਾਂ ਦੇ ਜੋ ਰੂਟੀਨ ਤੁਸੀਂ ਦੱਸੋ, ਮੁਹਰਮ ਦਾ ਮਹੀਨਾ ਆ, ਕੋਈ ਹਰਾਮ ਖਾਣ ਵਾਲਾ ਬਾਜ਼ ਆਵੇਗਾ? ਕੋਈ ਜ਼ੁਲਮ ਸਿਤਮ ਕਰਨ ਵਾਲਾ ਬਾਜ਼ ਆਵੇਗਾ? ਸ਼ਰਾਬ ਪੀਣ ਵਾਲਾ, ਜ਼ਾਨੀ, ਬਦਕਾਰੀਆਂ ਤੋਂ ਬਾਜ਼ ਆਏਗਾ? ਨਹੀਂ ਆਏਗਾ। ਜਿਵੇਂ ਰੂਟੀਨ ਚ ਸਾਡੀ ਜ਼ਿੰਦਗੀ, ਅਸਾਂ ਇਹੋ ਜਿਹੇ ਮੁਸਲਮਾਨ ਆ। ਰਮਜ਼ਾਨ ਦਾ ਮਹੀਨਾ ਕਿੱਡਾ ਅਹਿਮ ਮਹੀਨਾ, ਅਸਾਂ ਛੁਰੀਆਂ ਸਪੈਸ਼ਲ ਤੇਜ਼ ਕਰ ਲੈਂਦੇ ਹਾਂ। ਜਿਵੇਂ ਈਦ ਉਲ ਅਜ਼ਹਾ ਦੇ ਬੱਕਰੇ ਕਰਨ ਵਾਸਤੇ ਛੁਰੀਆਂ ਤੇਜ਼ ਕਰੀ ਦੀਆਂ, ਅਸਾਂ ਰਮਜ਼ਾਨ ਦੇ ਮਹੀਨੇ ਚ ਜਿੰਨੇ ਤਾਜਲ ਨੇ ਛੁਰੀਆਂ ਤੇਜ਼ ਕਰ ਲੈਂਦੇ ਹਾਂ। ਕਮਾਈ ਦਾ ਮਹੀਨਾ ਆ ਰਿਹਾ, ਕਮਾਓ। ਅੱਲਾ ਨੇ ਕਮਾਈ ਸਾਨੂੰ ਦਿੱਤੀ ਸੀ ਨੇਕੀਆਂ ਦੀ, ਨੇਕੀਆਂ ਦਾ ਸੀਜ਼ਨ ਜੇ ਅੱਲਾ ਦੇ ਬੰਦੇ ਉਹ ਨੇਕੀਆਂ ਕਮਾਇਆ ਜੇ ਅਸਾਂ ਪੈਸੇ ਕਮਾਉਣ 'ਤੇ ਨਵੀਂ ਲਾ ਤਾ। ਜਿਹੜੀ ਚੀਜ਼ ਦਾ 50 ਰੁਪਈਏ ਰੇਟ ਹੁੰਦਾ, 100 ਤੇ ਪਹੁੰਚ ਜਾਂਦਾ। ਕਾਫਰਾਂ ਦੇ ਅੰਦਰ ਇੰਨੀ ਗੈਰਤ ਸੀਗੀ, ਉਹ ਇਹਨਾਂ ਦਾ ਇਹਤਰਾਮ ਕਰਦੇ। ਅਗਰ ਮਜਬੂਰੀ ਨੂੰ ਲੜਨਾ ਪੈ ਜਾਂਦਾ ਤੇ ਉਹ ਪਤਾ ਕੀ ਕਰਦੇ? ਉਹ ਮਹੀਨੇ ਦਾ ਨਾਮ ਆਪਣੇ ਵੱਲੋਂ ਬਦਲ ਲੈਂਦੇ। ਮਿਸਾਲ ਦੇ ਤੌਰ ਤੇ ਮੁਹਰਮ ਅਲ ਹਰਾਮ ਦਾ ਮਹੀਨਾ, ਇਹਦੂ ਅੱਗੇ ਸਫ਼ਰ ਆ ਰਿਹਾ, ਉਹ ਪਤਾ ਕੀ ਕਰਦੇ? ਉਹ ਕਹਿੰਦੇ ਨੇ ਆਹ ਮਹੀਨਾ ਸਫ਼ਰ ਦਾ ਤੇ ਅਗਲਾ ਮੁਹਰਮ ਦਾ, ਨਾਮ ਆਪ ਬਦਲ ਲੈਣਾ। ਹਾਲਾਂਕਿ ਹਕੀਕੀ ਤੌਰ ਤੇ ਨਹੀਂ ਬਦਲ ਸਕਦਾ। ਹੁਣ ਅੱਜ ਜੁਮਾ ਆਪਾਂ ਕਹੀਏ, ਅੱਜ ਨਹੀਂ ਯਾਰ ਜੁਮਾ, ਆਪਾਂ ਹਫ਼ਤੇ ਨੂੰ ਪੜਾਂਗੇ, ਅੱਜ ਦਾ ਦਿਨ ਹਫ਼ਤੇ ਦਾ ਤੇ ਕੱਲ ਜੁਮੇ ਦਾ, ਆਪਾਂ 100 ਵਾਰੀ ਕਰ ਲਈਏ, ਲੇਕਿਨ ਹਕੀਕੀ ਤੌਰ ਤੇ ਜੁਮਾ ਜੁਮਾ ਹੀ ਰਹਿਣਾ, ਹਫ਼ਤੇ ਦਾ ਦਿਨ ਹਫ਼ਤੇ ਦਾ ਹੀ ਰਹਿਣਾ। ਇਹ ਮਹੀਨਾ ਹੀ ਬਦਲ ਲੈਂਦੇ ਸੀ, ਨਾਮ ਬਦਲ ਕੇ ਨਾ, ਕਿ ਇਹ ਮੁਹਰਮ ਦਾ ਮਹੀਨਾ ਤੇ ਸਫ਼ਰ ਦਾ ਲੜਾਈ ਲੜ ਲੁੜ ਲੈਂਦੇ, ਤੇ ਅਗਲਾ ਮਹੀਨਾ ਸਫ਼ਰ ਦਾ ਆਉਂਦਾ, ਪੂਰਾ ਮਹੀਨਾ ਉਹਨੂੰ ਇੱਜ਼ਤ ਇਹਤਰਾਮ ਦੇ ਨਾਲ ਗੁਜ਼ਾਰਦੇ ਕਿ ਇਹ ਮਹੀਨਾ ਮੁਹਰਮ ਦਾ। ਫਿਰ ਵੀ ਅਗਲਚੇ ਉਹ ਰੱਦੋ ਬਦਲ ਕਰਦੇ ਸਨ, ਇੱਕ ਖਿਆਨਤ ਕਰਦੇ ਸੀ, ਗਲਤ ਕੰਮ ਸੀ, ਲੇਕਿਨ ਕਰਦੇ ਕਿਉਂ ਸੀ? ਕਿ ਅਸਾਂ ਇਸ ਮਹੀਨੇ ਦੀ ਇੱਜ਼ਤ ਕਰ ਸਕੀਏ, ਕਿ ਲੜਾਈ ਨਹੀਂ ਕਰਨੀ, ਝਗੜਾ ਨਹੀਂ ਕਰਨਾ, ਜ਼ੁਲਮ ਓ ਸਿਤਮ ਨਹੀਂ ਕਰਨਾ, ਕਿਸੇ ਦਾ ਹੱਕ ਨਹੀਂ ਮਾਰਨਾ, ਭੈਣਾਂ ਦਾ ਹੱਕ ਨਹੀਂ ਮਾਰਨਾ। ਅੱਲਾ ਸਾਨੂੰ ਹਦਾਇਤ ਨਸੀਬ ਫਰਮਾਏ ਕਿ ਕੁਝ ਸਾਨੂੰ ਵੀ ਹੋਸ਼ ਆ ਜਾਵੇ ਕਿ ਅਸੀਂ ਇਹਨਾਂ ਮਹੀਨਿਆਂ ਦੀ ਇੱਜ਼ਤ ਕਰ ਲਈਏ, ਇਹਤਰਾਮ ਕਰ ਲਈਏ। اللہ فرماندے ہیں ان فی خلق السماوات والارض ان عدت الشهور عند اللہ 12 شهرا فی کتاب اللہ
یوم خلق السماوات والارض او لوگو اللہ نے جدوں تو زمین نو بنایا آسمان نو بنایا مہینیاں دی تعداد اللہ نے سال دے اندر بارہ رکھی جائے منہا اربعت حرم اینا بارہ دے اندروں اللہ نے چار مہینیاں نو عزت والا بنایا شرف والا بنایا ذالک الدین القیم او لوگو اے ہی مضبوط دین جے جڑا قیامت دیاں دیواراں تک چلنا جے فلا تظلموا فیہن انفسکم او اللہ دیو بندیو اینا چارا مہینیاں دے اندر کسے تے ظلم کرنا زیادتی کرنی سال دے بارہ مہینیاں دے اندر ہی اللہ نے ظلم تو منع کیتا ہے گناہ تو منع کیتا ہے او بددیانتیاں تے خیانتاں نہیں جے کرنیاں لیکن جدوں اے چار مہینے حرمت والے آ جان اینا چاراں دا آغاز ہو جاوے فلا تظلموا فیہن انفسکم او میرے پیغمبر دا کلمہ پڑھن والے ہو میرے پیغمبر تے ایمان لے کے آن والے ہو جدوں اینا چار حرمت والے مہینیاں دا آغاز ہو جاوے ایک دوسرے تے ظلم نہیں کرنا جے زیادتیاں نہیں کرنیاں جے او جویں میرے ویرا اے وقت بدلدا ہے وقت دے بدلن دے نال گناہ دی تے نیکی دی کیفیت بدل جاندی ہے اے جس طرح گناہ زیادہ اینا چار مہینیاں دے اندر اللہ نے نیکی دا اجر وی زیادہ رکھے ہے جڑا بندہ نیکی کرے گا اینا چار مہینیاں دے اندر رب دی فرما برداری کرے گا اللہ انہوں اجر وی زیادہ دیا کر دینے جڑا نافرمانی کر دے گناہ بھی انہوں زیادہ تو زیادہ ملیا کر دے میرے پیغمبر فرما دینے سال دے اندر بارہ مہینے نے اینا بارہ دے اندر تین مہینے پہ در پہ آندے نے سب تو پہلے ذوالقعدہ آندا ہے ذوالحجہ آندا ہے پھر محرم دا مہینہ آندا ہے پھر چل دیاں جماد الثانی تو بعد رجب دا مہینہ آندا ہے شبان تو پہلے آندا ہے جماد الثانی تو بعد آندا ہے اے رجب دا مہینہ اللہ نے درمیان دے اندر رکھ دیتا ہے فرمایا لوگو اینا چارا مہینیاں دی عزت کرنی جے کتے آواز آندی ہے یسالونک عن الشہر الحرام قتال فیہ میرے سونے محبوبہ اے لوگ تانوں محرم حرمت والے جڑے چار مہینے نے اینا چار مہینیاں دے اندر لڑائی دے بارے سوال کردے نے کل قتال فیہ کبیر میرے سونے انہاں نوں کہہ دیو اینا چار مہینیاں چ لڑائی کرنا جھگڑا کرنا بڑا گناہ جی رب نے کبیرا گناہ اینا تینا دی جڑا اگے پیچھے آنا یک مشت یعنی ذوالقعدہ ذوالحجہ اور محرم دا ابن کثیر رحمہ اللہ ایدی حکمت بیان کردے نے کہ چونکہ قبیلے ایک دوسرے دے دشمن سی قتل و غارت قافلے لٹنے چوری ڈاکہ زنی عام سی
ਇਹਨਾਂ ਚਾਰਾਂ ਮਹੀਨਿਆਂ 'ਚ ਬੰਦ ਆ ਬਾਜ਼ ਆ ਜਾਂਦੇ, ਚੋਰੀ ਤੋਂ, ਕਤਲ ਤੋਂ, ਲੜਾਈਆਂ ਤੋਂ, ਜੰਗ ਤੋਂ ਬਾਜ਼ ਆ ਜਾਂਦੇ। ਜ਼ੁਲਕਾਦਾ ਦਾ ਮਹੀਨਾ ਜਦੋਂ ਆ ਜਾਂਦਾ, ਲੋਕ ਤਿਆਰੀ ਕਰਦੇ ਹੱਜ ਦੀ, ਸਫ਼ਰ ਨੂੰ ਪੈਦਲ ਹੱਜ ਹੁੰਦੇ ਸਨ, ਇਸ ਮਹੀਨੇ 'ਚ ਸਫ਼ਰ ਕਰਕੇ ਪਹੁੰਚਦੇ। ਜ਼ੁਲਹੱਜਾ ਦੇ ਮਹੀਨੇ 'ਚ ਉਹ ਹੱਜ ਕਰਦੇ, ਆਪਣੇ ਸਾਰੇ ਜ਼ਰੂਰੀ ਕੰਮ ਕਰਨ ਤੋਂ ਬਾਅਦ ਮੁਹਰਮ ਉਲ ਹਰਾਮ ਇਹਨਾਂ ਤਿੰਨਾਂ ਹੁਰਮਤ ਵਾਲੇ ਮਹੀਨਿਆਂ ਦੇ ਅੰਦਰ ਅੰਦਰ ਉਹ ਜਾ ਕੇ ਬੈਤੁੱਲਾ ਦਾ ਤਵਾਫ ਕਰਕੇ ਵਾਪਸ ਆ ਜਾਂਦੇ ਬਗੈਰ ਕਿਸੇ ਨੁਕਸਾਨ ਤੋਂ। ਅੱਲਾਹ ਤਾਲਾ ਨੇ ਇੱਕ ਮਹੀਨਾ ਫਿਰ ਦਰਮਿਆਨ 'ਚ ਰੱਖਤਾ ਤਾਂ ਕਿ ਕੋਈ ਬੈਤੁੱਲਾ ਦੀ ਜ਼ਿਆਰਤ ਕਰਨਾ ਚਾਹੁੰਦਾ ਔਰ ਅਮਨੋ ਅਮਾਨ ਨਾਲ ਜਾ ਕੇ ਵਾਪਸ ਆਉਣਾ ਚਾਹੁੰਦਾ। ਅੱਲਾਹ ਨੇ ਦਰਮਿਆਨ ਦੇ ਵਿੱਚ ਇੱਕ ਰਜਬ ਦਾ ਮਹੀਨਾ ਰੱਖ ਦਿੱਤਾ ਕਿ ਲੋਕ ਜਾ ਕੇ ਉਮਰਾ ਕਰ ਸਕਣ ਅਤੇ ਇਹਦੀ ਜ਼ਿਆਰਤ ਕਰ ਸਕਣ। ਇਹਨਾਂ ਚਾਰਾਂ ਦੀ ਹਕਮਤ ਬਿਆਨ ਕੀਤੀ, ਤਿੰਨਾਂ ਦਾ ਪੈ ਦਰ ਪੈ ਔਰ ਇੱਕ ਦਾ ਅਲੱਗ ਹੋ ਕੇ ਆਉਣਾ। ਹੁਣ ਸਾਲ ਦੇ 12 ਮਹੀਨਿਆਂ 'ਚ ਜ਼ੁਲਮ ਤੋਂ ਅੱਲਾਹ ਨੇ ਮਨਾ ਕੀਤਾ, ਲੇਕਿਨ ਇਹਨਾਂ ਚਾਰਾਂ ਦੀ ਜਦੋਂ ਵਾਰੀ ਆਈ ਫਰਮਾਇਆ ਲਾ ਤਜ਼ਲਿਮੂ ਫੀਹਿੰਨਾ ਅੰਫੁਸਕੁਮ, ਉਹ ਲੋਗੋ ਆਪਣੇ ਆਪ 'ਤੇ ਜ਼ੁਲਮ ਨਾ ਕਰਿਆ ਜੇ ਇੱਕ ਦੂਸਰੇ 'ਤੇ ਜਦੋਂ ਇਹ ਚਾਰ ਮਹੀਨੇ ਆ ਜਾਣ। ਅੱਲਾਹੁ ਅਕਬਰ ਕਬੀਰਾ। ਇਹ ਜ਼ੁਲਮ ਕੀ ਹੈ? ਮੈਂ ਸ਼ਾਇਦ ਤੁਹਾਨੂੰ ਪਹਿਲੇ ਦੱਸਿਆ ਕਿ ਨਹੀਂ, ਜ਼ੁਲਮ ਦੀ ਤਾਰੀਫ ਅੱਜ ਤੋਂ ਸੁਣ ਲਓ। ਇਹ ਨਹੀਂ ਕਿ ਕੋਈ ਕਿਸੇ ਦਾ ਹੱਕ ਮਾਰਿਆ, ਕਤਲ ਕਰਨ ਦਾ ਜ਼ੁਲਮ ਹੈ। ਛੋਟੀ ਤੋਂ ਛੋਟੀ ਨਾ ਫਰਮਾਨੀ ਨਹੀਂ। ਮਿਸਾਲ ਦੇ ਤੌਰ 'ਤੇ ਇੱਕ ਬੰਦੇ ਨੇ ਗਾਲੀ ਦਿੱਤੀ ਹੈ, ਸਾਡੇ ਹਾਂ ਇਹ ਗਾਲੀ ਨੂੰ ਗੁਨਾਹ ਹੀ ਨਹੀਂ ਸਮਝਿਆ ਜਾਂਦਾ, ਇਹ ਵੀ ਜ਼ੁਲਮ ਹੈ। ਅਤੇ ਗੁਨਾਹ ਇਹ ਗਾਲੀ ਦੇਣ ਵਾਲਾ ਬੰਦਾ ਕੌਣ ਹੋਇਆ ਫਿਰ? ਜ਼ਾਲਮ ਹੋਇਆ। ਛੋਟੀ ਤੋਂ ਛੋਟੀ ਬੁਰਾਈ ਦਾ ਇਰਤਕਾਬ ਕਰਨ ਵਾਲਾ ਬੰਦਾ ਵੀ ਉਹ ਜ਼ਾਲਮ ਹੈ, ਅਤੇ ਹਰ ਛੋਟੀ ਤੋਂ ਛੋਟੀ ਬੁਰਾਈ ਉਹ ਜ਼ੁਲਮ ਹੈ। ਇਸੇ ਤਰ੍ਹਾਂ ਅੱਲਾਹ ਨੇ ਕੁੱਲੀ ਇਤਬਾਰ ਨਾਲ ਇਹਨਾਂ ਚਾਰਾਂ ਮਹੀਨਿਆਂ 'ਚ ਹਰ ਛੋਟਾ ਹਰ ਵੱਡਾ ਗੁਨਾਹ ਕਰਨ ਤੋਂ ਖਸੂਸੀ ਤੌਰ 'ਤੇ ਮਨਾ ਕੀਤਾ। ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਇਨਲ ਮੁਮਿਨਾ ਇਜ਼ਾ ਅਜ਼ਨਬਾ ਕਾਨਤ ਨੁਕਤਤਨ ਸੌਦਾ ਆਫੀ ਕਲਬੀਹੀ, ਜਦੋਂ ਬੰਦਾ ਕੋਈ ਗੁਨਾਹ ਕਰਦਾ ਨਾ, ਇਹਦੇ ਦਿਲ 'ਤੇ ਇੱਕ ਸਿਆਹ ਨੁਕਤਾ ਲੱਗ ਜਾਂਦਾ। ਇੱਕ ਗੁਨਾਹ ਕੀਤਾ, ਉਹ ਗੁਨਾਹ ਦੇ ਨਤੀਜੇ ਦੇ ਅੰਦਰ ਇੱਕ ਨੁਕਤਾ ਛੋਟਾ ਜਿਹਾ ਲੱਗਦਾ। ਹੁਣ ਬੰਦਾ ਅਗਰ ਤੇ ਤੋਬਾ ਕਰ ਲੇਗਾ, ਫਾ ਇਨ ਤਾਬਾ, ਇਹ ਬੰਦਾ ਅਗਰ ਤੋਬਾ ਕਰ ਲੈਂਦਾ ਔਰ ਇਸਤਗਫਾਰ ਕਰ ਲੈਂਦਾ ਹੈ, ਮੁਆਫ਼ੀ ਮੰਗਦਾ ਹੈ, ਇਹ ਇਹਦਾ ਜਿਹੜਾ ਨੁਕਤਾ ਲੱਗਾ ਨਾ ਇਹ ਮਿਟ ਜਾਏਗਾ। ਦਿਲ ਕੀ ਹੋ ਜਾਏਗਾ ਫਿਰ? ਦੁਬਾਰਾ ਸਾਫ਼ ਹੋ ਜਾਏਗਾ, ਸਫੈਦ ਹੋ ਜਾਏਗਾ। ਸਾਫ਼ ਔਰ ਸਫੈਦ ਦਿਲ ਕਿਸ ਬਾਤ ਦੀ ਨਿਸ਼ਾਨੀ ਹੈ? ਜ਼ਿੰਦਾ ਦਿਲ ਦੀ ਔਰ ਨਫਸੇ ਮੁਤਮਾ ਇਨ੍ਹਾਂ ਦੀ ਔਰ ਨਫਸੇ ਲਬਵਾਮਾ ਦੀ ਨਿਸ਼ਾਨੀ ਹੈ, ਜਿਹੜਾ ਨਫਸ ਇਨਸਾਨ ਨੂੰ ਬੁਰਾਈਆਂ 'ਤੇ ਝੰਜੋੜਦਾ ਔਰ ਨੇਕੀ ਕਰਨ 'ਤੇ ਬੰਦੇ ਨੂੰ ਖੁਸ਼ ਰੱਖਦਾ ਕਿ ਚੰਗਾ ਕੀਤਾ ਤੂੰ ਨੇਕੀ ਕੀਤੀ, ਜਿਹੜੇ ਬੰਦੇ ਦਾ ਦਿਲ ਸਾਫ਼ ਹੋਇਆ। ਅਗਰ ਇਹ ਬੰਦਾ ਤੋਬਾ ਨਹੀਂ ਨਾ ਕਰਦਾ, ਇੱਕ ਗੁਨਾਹ ਕੀਤਾ ਹੈ ਜਾਂ ਇੱਕ ਨਮਾਜ਼ ਛੱਡੀ ਮਿਸਾਲ ਦੇ ਤੌਰ 'ਤੇ, ਇੱਕ ਨੁਕਤਾ ਲੱਗ ਗਿਆ, ਦੂਜੀ ਛੱਡੀ, ਤੀਸਰੀ ਛੱਡੀ, ਚੌਥੀ ਛੱਡੀ, ਜਾਂ ਡੇਲੀ ਦੋ ਤਿੰਨ ਛੱਡਤੀਆਂ, ਇੱਕ ਦੋ ਪੜ੍ਹ ਲਈਆਂ, ਇਹ ਨੁਕਤਾ ਵੱਧਦਾ 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 ਇੱਕ ਵਕਤ ਉਹ ਆਉਂਦਾ, ਸੋਹਣੇ ਪੈਗੰਬਰ ਨੇ ਫਰਮਾਇਆ ਇਹ ਜਿਹੜਾ ਦਿਲ ਹੈਗਾ ਸਾਰਾ ਸਿਆਹ ਬਣ ਜਾਂਦਾ। ਕੱਲਾ ਬਲ ਰਾਨ ਅਲਾ ਕੁਲੂਬਿਹਿਮ ਮਾ ਕਾਨੂ ਯਕਸਿਬੂਨ, ਫਰਮਾਇਆ ਇਹ ਨਤੀਜਾ ਜੇ ਜਿਹੜੇ ਇਹ ਅਮਲ ਕਰਦੇ ਨੇ ਨਾ, ਉਹਨਾਂ ਅਮਲਾਂ ਦੇ ਨਤੀਜੇ 'ਚ ਜਿਵੇਂ ਲੋਹੇ 'ਤੇ ਜ਼ੰਗ ਨਹੀਂ ਆ ਜਾਂਦਾ, ਲੋਹੇ ਨੂੰ ਅੰਦਰ ਸਾਂਭ ਕੇ ਰੱਖੋ, ਰੰਗ ਰੁੰਗ ਕਰਕੇ ਸੇਫ ਰਹਿੰਦਾ, ਉਹਨੂੰ ਬਾਹਰ ਸਿੱਟ ਦਿਓ ਅਤੇ ਵਾਰਾ ਕਰ ਦਿਓ, ਬਾਰਿਸ਼ ਪੈਂਦੀ ਰਹੇ ਤਾਂ ਕੀ ਹੋਏਗਾ? ਚੰਦ ਦਿਨਾਂ 'ਚ ਜ਼ੰਗ ਆ ਜਾਏਗਾ। ਇਸ ਦਿਲ ਨੂੰ ਅਗਰ ਆਵਾਰਾ ਕਰ ਦਿਆਂਗੇ ਤਾਂ ਇਹਦੇ 'ਤੇ ਜ਼ੰਗ ਆ ਜਾਂਦਾ।
ਇਹਦਾ ਖਿਆਲ ਰੱਖਣਾ ਅੱਲਾ ਦੇ ਜ਼ਿਕਰ ਦੇ ਨਾਲ, ਤਲਾਵਤ ਦੇ ਨਾਲ ਹੈ, ਔਰ ਨਮਾਜ਼ ਦੇ ਨਾਲ, ਦੀਗਰ ਇਬਾਦਤ ਦੇ ਨਾਲ ਇਹਦੇ 'ਤੇ ਰੰਗ ਕਰਦੇ ਰਹਿਣਾ ਚਾਹੀਦਾ, ਇਹਦੀ ਸਫਾਈ ਝਾੜੂ ਮਾਰਦੇ ਰਹਿਣਾ ਚਾਹੀਦਾ ਤਾਂ ਕਿ ਇਹ ਸਾਫ਼ ਹੋ ਜਾਵੇ। ਪਰ ਸਾਨੂੰ ਸਾਡੇ ਦਿਲ ਨਜ਼ਰ ਨਹੀਂ ਆਉਂਦੇ, ਸਾਨੂੰ ਕਿਹਦੇ ਦਿਲ ਨਜ਼ਰ ਆਉਂਦੇ ਨੇ? ਦੂਸਰਿਆਂ ਦੇ। ਤੁਹਾਡੇ 'ਚੋਂ ਮੈਨੂੰ ਕਿਸੇ ਬੰਦੇ ਦਾ ਪੁੱਛ ਲਓ, ਮੈਨੂੰ ਨਜ਼ਰ ਆ ਜਾਏਗਾ ਇਹਦਾ ਦਿਲ ਕਾਲਾ, ਇਹਦਾ ਚਿੱਟਾ, ਤੁਹਾਨੂੰ ਮੇਰਾ ਆਂਡਿਆ। ਲੇਕਿਨ ਸਾਨੂੰ, ਮੈਨੂੰ ਆਪਣੇ ਦਿਲ ਨਜ਼ਰ ਨਹੀਂ ਆਉਂਦਾ, ਤੁਹਾਨੂੰ ਆਪਣਾ ਦਿਲ ਨਜ਼ਰ ਨਹੀਂ ਆ ਰਿਹਾ, ਤੁਹਾਨੂੰ ਸਾਰੇ ਐਬ ਮੇਰੇ ਨਜ਼ਰ ਆਉਂਦੇ ਨੇ, ਮੈਨੂੰ ਸਾਰੇ ਐਬ ਤੁਹਾਡੇ ਨਜ਼ਰ ਆਉਂਦੇ ਨੇ, ਸਾਨੂੰ ਇੱਕ ਦੂਜੇ ਦੇ ਐਬ 'ਤੇ ਨਜ਼ਰ ਆਉਂਦੇ ਨੇ, ਆਪਦੇ ਐਬ ਨਜ਼ਰ ਬੋਲਦੇ ਨਹੀਂ ਆ, ਸਾਨੂੰ ਆਪਦੇ ਨਹੀਂ ਨਜ਼ਰ ਆਉਂਦੇ। ਇਹ ਪਤਾ ਨਹੀਂ ਕੀ, ਹਾਲਾਂਕਿ ਰੱਬ ਨੇ ਸਾਡੇ ਅੰਦਰ ਜਿਹੜੀ ਮਸ਼ੀਨਰੀ ਹਰਸ਼ਾ ਇੰਜ ਦੀ ਰੱਖੀ ਸੀ ਕੁਦਰਤੀ ਤੌਰ 'ਤੇ ਕਿ ਜਿਹੜੀ ਹਰਸ਼ਾ ਸਾਨੂੰ ਆਪਣੀ ਨਜ਼ਰ ਆਏ, ਸਮਝ ਬੂਝ ਹੋਵੇ। ਲੇਕਿਨ ਸਾਡੇ ਅਮਲ ਇੰਨੇ ਗੰਦੇ ਨੇ ਕਿ ਅਸਾਂ ਆਪਣੇ ਤੋਂ ਨਜ਼ਰ ਉਠਾ ਕੇ ਅਗਲਿਆਂ 'ਤੇ ਰੱਖ ਦਿੱਤੀ। ਇੱਕ ਬੰਦਾ ਦੂਸਰੇ ਦੀ ਬੇਟੀ ਦੀ ਬਦਖੋਈ ਕਰ ਰਿਹਾ ਹੁੰਦਾ, ਇਹਨੂੰ ਇਹ ਨਹੀਂ ਅੰਦਾਜ਼ਾ ਹੈਗਾ ਮੇਰੇ ਘਰ ਦੇ ਮਾਮਲਾਤ ਕਿੰਝ ਚੱਲਦੇ ਪਏ ਨੇ, ਦੂਸਰਿਆਂ 'ਤੇ ਤਬਸਰਾ ਕਰਦਾ ਪਿਆ ਹੈ। ਅੱਲਾਹੁ ਅਕਬਰ ਕਬੀਰਾ। ਨਬੀ ਅਲੈਹਿਸ ਸਲਾਮ ਨੇ ਫਰਮਾਇਆ, ਅੱਲਾਹ ਦਾ ਕੁਰਾਨ ਫਰਮਾ ਰਿਹਾ, ਕੱਲਾ ਬਲ ਰਾਨਾ ਅਲਾ ਕੁਲੂਬਿਹਿਮ ਮਾ ਕਾਨੂ ਯਕਸਿਬੂਨ। ਇਹ ਜਿਹੜੇ ਗੁਨਾਹ ਕਰਦੇ ਨੇ, ਉਹਨਾਂ ਗੁਨਾਹਾਂ ਦੇ, ਉਹਨਾਂ ਗੰਦੇ ਆਮਾਲ ਦੇ ਸਬਬ ਇਹਨਾਂ ਦੇ ਸਾਰੇ ਦਿਲ 'ਤੇ ਜ਼ੰਗ ਲੱਗ ਜਾਂਦਾ, ਇਹ ਦਿਲ ਹੁਣ ਸਿਆਹ ਹੋ ਜਾਂਦਾ। ਜਦੋਂ ਦਿਲ ਸਾਰਾ ਸਿਆਹ ਹੋ ਜਾਂਦਾ, ਫਿਰ ਅੱਲਾਹ ਦਾ ਜ਼ਿਕਰ ਕਰਨ ਨੂੰ ਦਿਲ ਕਰਦਾ, ਜਾਂ ਕਿਸੇ ਨੇ ਨਮਾਜ਼, ਯਾਰ ਨਾ ਮੈਂ ਕੋਸ਼ਿਸ਼ ਬੜੀ ਕਰਨਾ ਪਰ ਦਿਲ ਨਹੀਂ ਕਰਦਾ, ਹਜ਼ੂਰ ਦਿਲ ਕਾਲਾ ਹੋ ਚੁੱਕਿਆ, ਤੂੰ ਚੱਲ ਤੇ ਮੈਂ ਆਇਆ। ਇਹ ਹਜ਼ਰਤ ਸਾਹਿਬ ਜ਼ੁਬਾਨ ਦਾ ਬਹਾਨਾ ਹੈ, ਅਸਲ ਦੇ ਅੰਦਰ ਦਿਲ ਕਾਲਾ ਹੈ, ਕੱਪੜੇ ਸਾਫ਼ ਨਹੀਂ ਦੇ ਬਸ, ਤੇ ਬਸ ਬਸ ਯਾਰ ਕਰਦੇ ਇਨਸ਼ਾਅੱਲਾ ਕੱਲ੍ਹ ਤੋਂ ਸ਼ੁਰੂ ਕਰਾਂਗੇ। ਹਜ਼ੂਰ ਦਿਲ ਕਾਲਾ ਹੈ, ਕੱਲ੍ਹ ਤੋਂ ਸ਼ੁਰੂ ਕਿੱਥੋਂ ਹੋਣੀ, ਕੱਲ੍ਹ ਕਿਹਨੇ ਵੇਖੀਏ ਕਿ ਕੱਲ੍ਹ ਆਏਗੀ ਤੇ ਸ਼ੁਰੂ ਕਰਾਂਗੇ, ਜਾਂ ਕੱਲ੍ਹ ਤੋਬਾ ਕਰਾਂਗੇ, ਮਾਫ਼ੀ ਮੰਗਾਂਗੇ? ਨਹੀਂ ਯਾਰ। ਉਹ ਮੇਰਿਆ ਭਰਾਵਾ, ਅਗਰ ਇਹ ਲਮਹਾ ਮੈਨੂੰ ਬੋਲਣ ਦਾ ਅੱਲਾ ਨੇ ਲਮਹਾ ਦਿੱਤਾ, ਮੈਂ ਇਸ ਲਮਹੇ ਦੀ ਹੁਣੇ ਕਦਰ ਕਰਾਂ। ਅੱਧੇ ਘੰਟੇ ਬਾਅਦ ਮੈਨੂੰ ਨਹੀਂ ਪਤਾ ਕਿ ਲਮਹਾ ਮੇਰੇ ਹੱਥੀਂ ਆਉਣਾ ਕਿ ਨਹੀਂ, ਤੇ ਨਾ ਤੁਹਾਨੂੰ ਹੀ ਪਤਾ ਹੈਗਾ। ਛੱਡ ਦਿਓ, ਕੱਲ੍ਹ ਆ ਨੇਕੀ ਕਰਾਂਗੇ, ਕੱਲ੍ਹ ਉਹ ਕਰਾਂਗੇ। ਕਈਆਂ ਨੇ ਕੱਲ੍ਹ 'ਤੇ ਰੱਖੀਆਂ ਨੇਕੀਆਂ, ਅੱਜ ਤੱਕ ਉਹਨਾਂ ਦੀ ਕੱਲ੍ਹ ਨਹੀਂ ਆਈ, ਉਹ ਕਬਰਾਂ 'ਚ ਪਏ ਹੋਏ ਨੇ ਹਜ਼ਰਤ ਸਾਹਿਬ। ਉਹਨਾਂ ਨੇ ਕੱਲ੍ਹ 'ਤੇ ਬੜੀਆਂ ਉਮੀਦਾਂ ਰੱਖੀਆਂ ਸੀ, ਕੱਲ੍ਹ ਆਏਗੀ ਜੇ ਇਹ ਕੰਮ ਕਰਾਂਗੇ। ਉਹ ਜਾਂਦੀ ਕਰੋ ਅੱਲਾਹ ਦੇ ਉਹ ਬੰਦਿਓ, ਮਰ ਜਾਣਾ। ਮੁਸ਼ਰਕਾਂ ਦਾ ਅਕੀਦਾ ਹੈ ਮਰਨ ਤੋਂ ਬਾਅਦ ਦੁਬਾਰਾ ਜਨਮ ਮਿਲੇਗਾ, ਮਿਟ ਜਾਣਾ, ਜਿਸਮ ਮੱਟੀ ਨਾਲ ਰਲ ਜਾਏਗਾ, ਕੋਈ ਪੁੱਛ ਦੱਸ ਨਹੀਂ। ਮੁਸਲਮਾਨਾਂ ਦਾ ਅਕੀਦਾ ਨਹੀਂ, ਸਾਡਾ ਅਕੀਦਾ ਇਹ ਵੇ ਕਿ ਅੱਲਾਹ ਨੇ ਸਾਨੂੰ ਖੜਿਆ ਕਰਕੇ ਪੁੱਛਣਾ ਉਂਗਲੀਆਂ ਤੇ ਲਪੇਟ ਕੇ ਕਹੇਗਾ ਲੀਮਾ ਦਿਲ ਮੁਲਕ। ਉਹ ਲੋਕੋ ਦੱਸੋ, ਅੱਜ ਦੀ ਬਾਦਸ਼ਾਹੀ ਕਿਹਦੇ ਕੋਲੇ ਜੇ? ਇਹ ਸਾਡੇ ਉਲੇ ਪੜਲੇ ਜਿੰਨੇ ਵੀ ਸਿਆਸਤਦਾਨ ਨੇ ਨਾ ਪੂਰੀ ਦੁਨੀਆ ਦੇ, ਫਿਰਾਉਨ ਤੋਂ ਲੈ ਕੇ ਕਾਰੂਨ, ਹਾਮਾਨ, ਸ਼ਦਾਦ, ਅਬੂ ਜਹਲ ਤੋਂ ਲੈ ਕੇ ਤੇ ਜਿੰਨੇ ਵੀ ਆਣਗੇ, ਇਹ ਸਾਰੇ ਉੱਤੇ ਖੜੇ ਹੋਣਗੇ, ਵਹਿੰਦੇ ਬਤਾਰੂ ਬਤਾਰੂ ਕੇ ਬਣਿਆ ਕੀ ਖੜਿਆ, ਕਿੱਧਰ ਗਈਆਂ ਸਾਡੀਆਂ ਸਲਤਨਤਾਂ? ਅੱਲਾ ਇਹਨਾਂ ਨੂੰ ਪਿੰਡ ਦਾ ਚੌਧਰੀ ਬਣਾ ਦਿੰਦਾ ਸੀ, ਇਹਨਾਂ ਦੇ ਪੈਰ ਜ਼ਮੀਨ ਤੇ ਨਹੀਂ ਸੀ ਲੱਗਦੇ, ਤਕੱਬਰ ਤੇ ਗਰੂਰ ਇਹਨਾਂ ਆ ਜਾਂਦਾ ਸੀ। ਹਜ਼ਰਤ ਸਾਹਿਬ ਉੱਥੇ ਕਾਰੂਨ ਤੇ ਨਮਰੂਦ ਜੈਸੇ, ਫਿਰੌਨ ਜੈਸੇ, ਜਿਹੜੇ ਕਹਿੰਦੇ ਸੀ ਆਨਾ ਰੱਬੁਕੁਮ ਅਲਾ, ਉਹ ਲੋਗੋ ਮੈਂ ਤੁਹਾਡਾ ਸਭ ਤੋਂ ਵੱਡਾ ਰੱਬ ਜੇ, ਪਾਲਣ ਵਾਲਾ ਜੇ, ਉਹ ਸਾਰੇ ਠੂਠੇ ਫੜ ਕੇ ਖੜੇ ਹੋਣਗੇ ਪਰੇਸ਼ਾਨੀ ਦੇ ਆਲਮ ਦੇ ਅੰਦਰ, ਤੇ ਬਾਦਸ਼ਾਹੀ ਕਿਹਦੀ ਹੋਏਗੀ? ਲਿੱਲਾਹਿ ਲਵਾਹਿ ਦਿਲ ਕਹਾਰ, ਉਹ ਲੋਗੋ ਇੱਕ ਰੱਬ ਦੀ ਬਾਦਸ਼ਾਹੀ ਹੋਏਗੀ।
ਪਿਓ ਦੀ ਨਾ ਫਰਮਾਨੀ ਕਰੋ, ਪਿਓ ਦੇ ਅੱਗੋਂ ਮਾਰੋ ਥੱਪੜ, ਉਹਨੂੰ ਕੱਢੋ ਘਰੋਂ, ਜੇ ਉਹਦਾ ਚੱਲਿਆ ਬਸ ਤੇ ਤੁਹਾਨੂੰ ਜ਼ਮੀਨ ਤੋਂ ਆਕ ਕਰ ਦੇਗਾ, ਤੁਹਾਡੇ ਨਾਂ ਮੇਰੇ ਤੇਰੇ ਸ਼ੈ ਲਵਾਏਗਾ, ਉਹਨੇ ਘਰਾਂ ਨਹੀਂ ਵੜਨ ਦੇਣਾ। ਓਏ ਅੱਲਾ ਦਾ ਜਿਗਰਾ ਵੇਖੋ, ਸਬਰ ਵੇਖੋ, ਕਿੰਨਾ ਦਿਨ ਰਾਤ ਰੱਬ ਦੀਆਂ ਨਾ ਫਰਮਾਨੀਆਂ ਕਰਨੇ ਆ, ਉਹਦੀ ਜ਼ਮੀਨ 'ਤੇ ਵੀ ਰਹਿ ਰਹੇ ਹਾਂ, ਉਹਦੇ ਆਸਮਾਨ ਦੀ ਛੱਤ ਦੇ ਥੱਲੇ ਵੀ ਰਹਿ ਰਹੇ ਹਾਂ, ਉਹਦਾ ਦਿੱਤਾ ਖਾ ਵੀ ਰਹੇ ਹਾਂ, ਅਤੇ ਮੰਨੀਏ ਸ਼ੈਤਾਨ ਦੀ ਯਾਰ ਗੱਲ ਮਾੜੀ ਹੈ। ਅੱਲਾਹੁ ਅਕਬਰ। ਅੱਲਾ ਫਰਮਾਨੇ ਨੇ ਲੋਕੋ, ਕਿਆਮਤ ਦਾ ਦਿਨ ਹੋਣਾ, ਇਹ ਬੰਦੇ ਜਿਹੜੇ ਦੁਨੀਆਂ ਤੇ ਮਰਜ਼ੀਆਂ ਕਰਦੇ ਰਹਿ ਆਪਣੀਆਂ ਆਪਣੀਆਂ, ਵਮਨ ਅਰਾਦਾ ਅਨ ਜ਼ਿਕਰੀ ਫਇਨ ਲਹੁ ਮਈਸ਼ਤਨ ਜ਼ੰਕਾ। ਉਹ ਲੋਕੋ, ਕਿਆਮਤ ਦਾ ਦਿਨ ਹੋਣਾ, ਜਿਹੜਾ ਬੰਦਾ ਦੁਨੀਆਂ ਤੇ ਸਾਡੀਆਂ ਨਾ ਫਰਮਾਨੀਆਂ ਕਰਦਾ ਰਿਹਾ, ਸਾਡੇ ਜ਼ਿਕਰ ਤੋਂ ਦੂਰੀਆਂ ਇਖਤਿਆਰ ਕੀਤੀਆਂ। ਅੱਲਾ ਫਰਮਾਉਂਦੇ ਨੇ ਸਾਡੀ ਮਾਇਸ਼ਤ ਨੂੰ ਤੰਗ ਕਰਦੇ ਨੇ ਆ, ਉਹ ਲੱਖਾਂ ਹੁੰਦਾ, ਕਰੋੜਾਂ ਹੁੰਦਾ, ਰਿਜ਼ਕ ਦੀਆਂ ਫਰਾਵਾਨੀਆਂ ਵੀ ਹੁੰਦੀਆਂ ਨੇ, ਅੱਲਾ ਵਿੱਚੋਂ ਬਰਕਤਾਂ ਖੋ ਲੈਂਦੇ ਨੇ, ਜ਼ਿੰਦਗੀ ਦੇ ਅੰਦਰੋਂ ਇਤਮਿਨਾਨ ਉੱਠ ਜਾਂਦਾ, ਸਕੂਨ ਉੱਠ ਜਾਂਦਾ। ਉਹ ਮੇਰੇ ਵੀਰਾ ਬੜੇ ਬੜੇ ਟੈਲਾਂ ਵਾਲੇ ਘਰ ਵੇਖੇ ਨੇ, ਬੜੇ ਖੂਬਸੂਰਤ, ਜਿਨ੍ਹਾਂ ਦੇ ਗਰਾਜਾਂ ਦੇ ਅੰਦਰ ਗੱਡੀਆਂ ਖੜੀਆਂ, ਜਦੋਂ ਉਹਨਾਂ ਦੇ ਦੁੱਖ ਸੁਣੀ ਦੇ ਤੇ ਹੈਰਾਨ ਹੋ ਜਾਈਦਾ। ਉਹ ਯਾਰਾ, ਦੂਰੋਂ ਤੇ ਲੱਗਦਾ ਸ਼ਾਇਦ ਦੁਨੀਆਂ ਦੇ ਸਾਰੇ ਖਜ਼ਾਨੇ ਇਹਨਾਂ ਦੇ ਕੋਲੇ ਨੇ, ਸਾਰੀਆਂ ਖੁਸ਼ੀਆਂ ਇਹਨਾਂ ਕੋਲੇ ਨੇ, ਲੇਕਿਨ ਜਦੋਂ ਅੱਲਾ ਦੀਆਂ ਨਾ ਫਰਮਾਨੀਆਂ ਕੀਤੀਆਂ ਜਾਂਦੀਆਂ ਨੇ, ਅੱਲਾ ਫਰਮਾਉਂਦੇ ਨੇ ਵਮਨ ਅਰਾਦਾ ਅਨ ਜ਼ਿਕਰੀ ਫਇਨ ਲਹੁ ਮਈਸ਼ਤਨ ਜ਼ੰਕਾ। ਉਹ ਵੀਰਾ, ਰਿਜ਼ਕ ਹੁੰਦਾ, ਲੇਕਿਨ ਅਸਾਂ ਦੇ ਅੰਦਰੋਂ ਬਰਕਤਾਂ ਖੋ ਲੈਂਦੇ ਹਾਂ, ਹਰਾਮ ਦੇ ਕੰਮਾਂ 'ਤੇ ਲਵਾਉਂਦੇ ਹਾਂ, ਮਜ਼ੀਦ ਸ਼ੈਤਾਨ ਦੇ ਰਾਹ 'ਤੇ ਲਾਉਂਦਾ। ਇਹ ਮਾਲ ਦੁਨੀਆਂ ਤੇ ਆਖਰਤ ਦੇ ਅੰਦਰ ਇਹਦੀ ਤਬਾਹੀ ਦਾ ਸਬਬ ਬਣ ਜਾਂਦਾ। ਸ਼ੁਰੂ ਯੌਮਲ ਕਿਆਮਤ ਆਮਾ, ਕਿਆਮਤ ਦਾ ਦਿਨ ਹੋਣਾ, ਅੱਲਾ ਫਰਮਾਉਂਦੇ ਨੇ ਅੰਨਿਆਂ ਕਰਕੇ ਨਬੀਨਿਆਂ ਕਰਕੇ ਉਠਾਵਾਂਗੇ। ਐ ਅੱਲਾ ਨੇ ਐਡੇ ਐਡੇ ਡੇਲੇ ਦਿੱਤੇ ਨੇ ਨਾ, ਤੇ ਕਾਹਦੇ ਤੇ ਇਸਤੇਮਾਲ ਕਰਨੇ ਆ? ਤਨਹਾਈ ਦੇ ਅੰਦਰ ਗੰਦਗੀ ਵੇਖ ਕੇ, ਆਪਣੀਆਂ ਮਾਵਾਂ ਭੈਣਾਂ ਗੈਰ ਮਾਹਰਮ ਜਿਨ੍ਹਾਂ ਉਹਨਾਂ ਦੀਆਂ ਇੱਜ਼ਤਾਂ ਨੂੰ ਤੱਕ ਕੇ। ਇਸ ਵਾਸਤੇ ਰੱਬ ਨੇ ਸਾਨੂੰ ਆ ਡੇਲੇ ਦਿੱਤੇ ਸੀ, ਗਲੀ ਦੇ ਅੰਦਰ ਚੌਕ ਚੁਰਾਏ ਤੇ ਖੜੇ ਹੋ ਕੇ, ਛੱਤਾਂ ਤੇ ਚੜ ਕੇ ਲੋਕਾਂ ਦੇ ਹਮਸਾਇਆਂ ਦਾ ਜੀਣਾ ਹਰਾਮ ਕਰਨਾ, ਰਾਸਤੇ ਦੇ ਅੰਦਰ ਗੁਜ਼ਰਨ ਵਾਲੀ ਮਾਂ ਭੈਣ ਧੀ ਉਹਦਾ ਗੁਜ਼ਰਨਾ ਹਰਾਮ ਕਰ ਦੇਣਾ। ਰੱਬ ਨੇ ਇਸ ਵਾਸਤੇ ਅੱਖਾਂ ਦਿੱਤੀਆਂ ਸੀ, ਫਰਮਾਇਆ ਵੱਲਾਹ ਸ਼ੁਰੂ ਯੌਮਲ ਕਿਆਮਤ ਆਮਾ, ਉਹ ਗੱਗੇ ਵਾਲੇ ਉਹਨਿਆਂ ਕਰਕੇ ਉਠਾਵਾਂਗਾ ਮੈਂ ਰੱਬ। ਇਹ ਜਿਹੜੇ ਗੇਲੇ ਗੇੜੇ ਹੋਣਗੇ ਬਾਹਰ ਨਿਕਲੇ ਹੋਣਗੇ ਸਾਰੇ, ਤੇ ਬੰਦਾ ਪਤਾ ਕੀ ਕਹੇਗਾ? ਅੱਲਾਹੁ ਅਕਬਰ। ਲਿਮਾ ਹਸ਼ਰਤਨੀ ਆਮਾ, ਅੱਲਾ ਨੇ ਆ ਕਰਕੇ ਕਿਉਂ ਬਿਠਾਇਆ ਯਾਰ? ਦੁਨੀਆ ਤੇ ਵੇਂਦਾ ਸੀ ਸਾਰਾ ਕੁਝ, ਜਿੰਨੀ ਨਜ਼ਰ ਮੇਰੀ ਤੇਜ਼ ਸੀ ਕੱਪੜਿਆਂ ਦੇ ਵਿੱਚ ਦੀ, ਅੰਦਰ ਦੀਆਂ ਚੀਜ਼ਾਂ ਪਛਾਣ ਲੈਂਦਾ ਹੁੰਦਾ ਸੀ ਤਾਂ ਮੈਂ, ਅੱਲਾ ਅੱਜ ਅੰਨਿਆਂ ਕਰਕੇ ਉਠਾ ਦਿੱਤਾ। ਤੇ ਅੱਲਾ ਪਤਾ ਕਿਆ ਫਰਮਾਉਂਦੇ? ਕਾਲ ਕਲਾਲਿਕਾ ਅਤਤ ਕਾ ਆਯਾਦੁਨਾ, ਦੁਨੀਆਂ ਤੇ ਸਾਡੀਆਂ ਆਇਤਾਂ ਤੇਰੇ ਕੋਲੇ ਆਉਂਦੀਆਂ ਸੀ, ਅਲਮਾਰੀਆਂ ਦੇ ਅੰਦਰ ਪੈ ਹੋਏ ਕੁਰਾਨ ਸਿਉਂਕ ਲੱਗ ਜਾਂਦੀ ਸੀ,
ਕਦੀ ਕੁਰਾਨ ਖੋਲਿਆ ਨਹੀਂ ਪੜਿਆ ਨਹੀਂ ਸੀ, ਇਹਨਾਂ ਅੱਖਾਂ ਦੇ ਨਾਲ ਕੀਤੇ ਸਾਡੀਆਂ ਫਰਮਾਂ ਬਲਦਾਰੀਆਂ ਕੀਤੀਆਂ ਹੀ ਕੋਈ ਨਹੀਂ। ਕਾਲ ਕਦ ਆਲਿਕਾ ਅਤਤ ਕਲ ਆਇਆ ਅਦੁਨਾ ਫਨਸੀਤਾ। ਉਹ ਮੇਰੇ ਅੱਜ ਰੱਬ ਦੇ ਮੇਰੇ ਅਵੀਰਾ ਰੱਬ ਕੋ ਤੋਬਾ ਕਰ ਲਈਏ। ਅੱਲਾ ਫਰਮਾਣਗੇ ਸਾਡੀਆਂ ਆਇਤਾਂ ਦਾ ਇਨਕਾਰ ਬਦਅਮਲੀਆਂ ਬੇਅਮਲੀਆਂ। ਉਹ ਬੰਦਿਆ ਦੁਨੀਆਂ ਤੇ ਤੂੰ ਕਰਦਾ ਰਿਹਾ ਫਨਸੀਤਾ, ਤੂੰ ਸਾਡੀਆਂ ਆਇਤਾਂ ਨੂੰ ਭੁਲਾ ਆਇਆ ਸੀ। ਕਾਲ ਕਦਾਲਿਕਾ ਅਤਤ ਕਾ ਆਇਆ ਤੁਨਾ ਫਨਸੀਤ ਵਕਦਾਲਿਕਲ ਯੌਮ ਤੁਨਸਾ। ਤੂੰ ਦੁਨੀਆਂ ਤੇ ਸਾਨੂੰ ਭੁਲਾਤਾ ਸੀ, ਅੱਜ ਅਸੀਂ ਤੈਨੂੰ ਭੁਲਾ ਦੇਣੇ, ਕੰਮ ਬਰਾਬਰ ਹੈ, ਬਸ ਜਾ। ਇਨਸਾਫ ਹੈ ਕਿ ਨਹੀਂ? ਵੈਸੇ ਅਸਾਂ ਰੱਬ ਨੂੰ ਦੁਨੀਆਂ ਤੇ ਭੁਲਾਇਆ ਨਾ, ਰੱਬ ਜੋ ਸਾਨੂੰ ਆਖਰਤ ਦੇ ਅੰਦਰ ਭੁਲਾ ਕੇ ਤੇ ਦੂਜੇ ਮਣੇ ਸਿੱਟ ਦੇਵੇ। ਅੱਲਾਹੁ ਅਕਬਰ। ਕੁਝ ਲੋਕ ਐਸੇ ਜਹੰਨਮ ਦੇ ਅੰਦਰ ਹੋਣਗੇ ਜਿਨ੍ਹਾਂ ਨੂੰ ਰੱਬ ਸਿੱਟ ਕੇ, ਜਿਵੇਂ ਚੇਤਾ ਨਹੀਂ ਭੁਲਾ ਦੇਈਦਾ, ਚੇਤਾ ਹੀ ਭੁਲਾ ਦੇਗਾ। ਹਾਲਾਂਕਿ ਰੱਬ ਦਾ ਰੱਬ ਕਿਸੇ ਚੀਜ਼ ਨੂੰ ਭੁੱਲਦੇ ਨਹੀਂ, ਲੇਕਿਨ ਰੱਬ ਦੀ ਮਰਜ਼ੀ ਜਿਹਦੇ ਬਾਰੇ ਜੋ ਫੈਸਲਾ ਕਰਦੇ ਨੇ, ਸਿੱਟ ਕੇ ਫੈਸਲਾ ਹੋ ਜਾਏਗਾ ਬਸ। ਖਾਲਿਦੀਨ ਫੀਹਾ, ਰਹੋ ਇੱਥੇ। ਚਾਰ ਟਕਿਆਂ ਦੀ ਖਾਤਰ ਯਾਰ ਰੱਬ ਦੀ ਨਾਫਰਮਾਨੀ ਕਰਨੀ, ਜਿਸਮ ਦੀ ਇੱਕ ਦੋ ਲਮਹਿਆਂ ਦੀ ਲਜ਼ਤ ਵਾਸਤੇ ਰੱਬ ਦੀ ਨਾਫਰਮਾਨੀ ਕਰ ਜਾਂਦੇ ਆ, ਲਾਲਚ ਹਵਸ ਦੇ ਪਿੱਛੇ ਲੱਗ ਕੇ ਕਿ ਪੈਸਾ ਵਾਹਵਾ ਆ ਜਾਵੇ, ਗੁਆਂਢੀਆਂ ਆਂਡੀਆਂ ਨੂੰ ਤੰਗ ਕਰਾਂ, ਜ਼ਲੀਲ ਕਰਾਂ, ਰੱਬ ਦੀ ਨਾਫਰਮਾਨੀ ਪਿੱਛੇ ਟੁਰ ਪੈਂਦੇ ਜੀ। ਉਹ ਮੇਰਿਆ ਭਰਾਵਾ, ਅਜ਼ਾਨ ਆਵੇ, ਦੁਕਾਨ ਦਾ ਸ਼ਟਰ ਸਟੋ ਥੱਲੇ ਤੇ ਅੱਲਾ ਦੇ ਨਾਲ ਦਿਲ 'ਚ ਗੱਲਾਂ ਯਾਰ, ਨਾ ਦਿਲ 'ਚ ਗੱਲਾਂ ਕਰਨੀਆਂ ਚਾਹੀਦੀਆਂ। ਅਸਾਂ ਆਪਦੇ, ਸਾਨੂੰ ਪਤਾ ਸਕੂਨ ਕਿਉਂ ਨਹੀਂ ਲੱਭਦਾ? ਸਾਡੇ ਸਾਰੇ ਰੋਣੇ ਧੋਣੇ ਦੁਨੀਆਂ ਵਾਲਿਆਂ ਵਾਸਤੇ। ਮੈਂ ਤੁਹਾਡੇ 'ਚੋਂ ਕਿਸੇ ਕੋਲੇ ਬਹਿਣਾ, ਸਾਰੇ ਦੁੱਖ ਬੋਲਦੇ ਨੇ, ਤੁਹਾਡੇ 'ਚੋਂ ਕਿਸੇ ਨੇ ਬਹਿਣਾ, ਮੇਰੇ ਕੋਲੇ ਸਾਰੇ ਮਰ ਗਏ, ਡੁੱਬ ਗਏ, ਰੁੱਟ ਗਏ, ਕੁਝ ਨਹੀਂ ਬਚਿਆ ਸਾਡੇ ਪੱਲੇ, ਕੱਖ ਨਹੀਂ। ਹਜ਼ਰਤ ਸਾਹਿਬ, ਇੱਕ ਦੂਸਰੇ ਦੇ ਨਾਲ ਦੁੱਖ ਸੁੱਖ ਕਰਨੇ ਆ, ਕੱਲ ਅਮਲਾਨ ਹੈ, ਰਾਤ ਨੂੰ ਤਿੰਨ ਤਿੰਨ ਘੰਟੇ ਗੈਰ ਮਹਿਰਮਾਂ ਦੇ ਨਾਲ ਮੋਬਾਈਲ ਦੀਆਂ ਸਕਰੀਨਾਂ ਤੇ ਮਸਰੂਫ ਰਹਿਣਾ, ਕਦੇ ਰੱਬ ਦੇ ਨਾਲ ਤਨਹਾਈ 'ਚ ਗੱਲਾਂ ਕੀਤੀਆਂ ਹੀ, ਔਰ ਰੱਬ ਦੇ ਨਾਲ ਵੀ ਕਾਲਾਂ ਮਲਾਈਆਂ, ਕਦੀ ਦਿਲ ਦੀਆਂ ਰੱਬ ਨਾਲ ਕੀਤੀਆਂ ਹੋਣ। ਔਰ ਰੱਬਾ ਪੈਦਾ ਕੀਤਾ ਦੇ ਧੱਕੇ ਨਾ ਲੈ ਸਕਨੇ ਹਜ਼ਰਤ ਸਾਹਿਬ, ਜਿੰਨੀ ਸ਼ਾਨ ਬਣਾਈ ਰੱਬ ਨੇ ਬੰਦੇ ਦੀ, ਹੱਥ ਚੁੱਕ ਕੇ ਧੱਕੇ ਨਾ ਲੈ ਸਕਨੇ ਆ। ਅੱਲਾ ਸੋਹਣਿਆ ਪੈਦਾ ਕੀਤਾ ਹੀ ਭੁੱਖਿਆਂ ਮਰਨ ਲਈ ਨਹੀਂ, ਤੇਰੀ ਜ਼ਮੀਨ ਬੜੀ ਵਸੀ, ਤੇਰਾ ਰਿਜ਼ਕ ਬੜਾ ਵਸੀ, ਤੇਰੇ ਖਜ਼ਾਨੇ ਬੜੇ ਵਸੀ, ਸਾਰੀ ਕਾਇਨਾਤ ਲੈਂਦੀ ਜਾਵੇ, ਦਾਣੇ ਦਾ ਜ਼ਰੇ ਦਾ ਘਾਟਾ ਨਹੀਂ ਪੈਣਾ, ਮੈਨੂੰ ਦੇਣ ਲੱਗਿਆ ਘਾਟੇ ਪੈਣ ਲੱਗੇ, ਮੰਗ ਸਕਦੇ ਹਾਂ, ਲੇਕਿਨ ਦਿਲ ਦੀਆਂ ਗੱਲਾਂ ਕਦੇ ਰੱਬ ਨਾਲ ਕੀਤੀਆਂ ਹੀ ਨਹੀਂ। ਉਹ ਦਿਲ ਦੇ ਦੁਖੜੇ ਰੱਬ ਨੂੰ ਸੁਣਾਇਆ ਕਰ। ਅੱਲਾ ਫਰਮਾਉਂਦੇ ਨੇ ਤੂੰ ਸਾਨੂੰ ਭੁਲਾਇਆ ਸੀਗਾ, ਦੂਜਿਆਂ ਨਾਲ ਯਾਰੀਆਂ ਲਾਈਆਂ ਸੀ, ਅੱਜ ਅਸਾਂ ਤੈਨੂੰ ਭੁਲਾ ਛੱਡਿਆ, ਕੰਮ ਬਰਾਬਰ ਹੋ ਗਿਆ, ਰੋਣ ਧੋਣ ਵਾਲੀ ਕਿਹੜੀ ਗੱਲ, ਚੁੱਪ ਕਰਕੇ ਜਾ ਗੋਤੇ ਖਾ ਜਾ ਕੇ। ਬੰਦੇ ਕੋਲੇ ਨਿਮਤ ਹੁੰਦੀ ਹੈ, ਬਾਦ ਔਕਾਤ ਅੱਲਾ ਨੇ ਬਥੇਰਾ ਕੁਛ ਨਵਾਜਿਆ ਹੁੰਦਾ, ਲੇਕਿਨ ਜਾਂ ਤਾਂ ਇਸ ਤਰ੍ਹਾਂ ਹੁੰਦਾ ਬੰਦਾ ਨਾ ਫਰਮਾਨੀ ਕਰਦਾ ਆਉਂਦਾ, ਉਹ ਨਿਮਤ ਛਿੰਨ ਜਾਂਦੀ ਇੱਕ, ਔਰ ਬਾਅਦ ਔਕਾਤ ਇਸ ਤਰ੍ਹਾਂ ਹੁੰਦਾ ਅੱਲਾ ਨੇ ਇੱਕ ਨਿਮਤ ਬੰਦੇ ਨੂੰ ਦੇਣੀ ਹੁੰਦੀ ਹੈ, ਯਾਨੀ ਅੱਜ ਤੋਂ 5 ਦਿਨ ਬਾਅਦ ਇੱਕ ਬੰਦੇ ਨੂੰ ਨਿਮਤ ਮਿਲਣੀ ਹੈ, ਲੇਕਿਨ ਇਹ ਬੰਦਾ ਰੱਬ ਦੀ ਨਾਫਰਮਾਨੀ ਕਰਦਾ, ਰੱਬ ਨਿਮਤ ਖੋ ਲੈਂਦੇ ਨੇ। ਇੱਕ ਬੰਦੇ ਦੇ ਘਰ ਔਲਾਦ ਹੋਣ ਵਾਲੀ ਹੈ, 2-4 ਦਿਨਾਂ ਦੇ ਬਾਅਦ ਅੱਲਾ ਨੇ ਖੁਸ਼ੀ ਦੇਣੀ ਹੈ,
ਹੁਣ ਸਾਨੂੰ ਤਾਂ ਨਹੀਂ ਪਤਾ ਉਹਦੀ ਜ਼ਿੰਦਗੀ 100 ਸਾਲ ਇੱਕ ਇੱਕ ਮਿੰਟ ਹੈ, ਲੇਕਿਨ ਇਹ ਬੰਦਾ ਅਗਰ ਮਿਸਾਲ ਦੇ ਰਿਹਾ, ਇੰਝ ਕੋਈ ਵੀ ਨਿਮਤ ਹੋ ਸਕਦੀ ਹੈ, ਇਹ ਰੱਬ ਦੀ ਨਾ ਫਰਮਾਨੀ ਤੋਂ ਬਾਜ਼ ਨਹੀਂ ਆਉਂਦਾ, ਬੀਬੀ ਰੱਬ ਦੀ ਨਾ ਫਰਮਾਨੀ ਤੋਂ ਬਾਜ਼ ਨਹੀਂ ਆਉਂਦੀ, ਉਹ ਬੱਚਾ ਬੇਟਾ ਪੈਦਾ ਹੁੰਦਾ ਹੀ ਫੌਤ ਹੋ ਜਾਂਦਾ। ਇਹ ਗੁਨਾਹਾਂ ਦੀ ਸਜ਼ਾ, ਇਹਦੀ ਮਿਸਾਲ ਦੇਵਾਂ ਮੈਂ, ਕਿਸੇ ਆਮ ਬੰਦੇ ਦੀ ਮਿਸਾਲ ਨਹੀਂ ਦਿੰਦਾ। ਇਨਸਾਨੀਅਤ ਦੀ ਤਾਰੀਖ ਦੇ ਸਭ ਤੋਂ ਬੜੇ ਇਨਸਾਨ ਕੌਣ ਨੇ? ਸਾਡੇ ਬਾਪ। ਕਿਹੜਾ ਸਾਡਾ ਪਿਓ ਹੈ? ਪਿਓ ਨਹੀਂ ਭੁੱਲ ਗਿਆ ਜੀ ਯਾਰ, ਆਦਮ ਅਲੈਹਿਸ ਸਲਾਤੁ ਵਸਸਲਾਮ। ਸਾਡੀ ਮਾਂ ਕੌਣ ਹੈ? ਅੰਮਾ ਜੀ ਹਵਾ ਅਲੈਹਿਸ ਸਲਾਮ। ਇਹ ਸਾਡੇ ਮਾਂ ਪਿਓ ਜੰਨਤ ਦੇ ਅੰਦਰ ਰਹਿ ਰਹੇ ਨੇ। ਬੜੀ ਚਹਿਲ ਪਹਿਲ ਅੱਲਾ ਨੇ ਬਥੇਰਾ ਕੁਝ ਦਿੱਤਾ ਹੈਗਾ, ਅੱਗੇ ਪਿੱਛੇ ਪ੍ਰੋਟੋਕੋਲ ਫਲ ਹੈ ਜੋ ਦਿਲ ਕਰਦਾ, ਆਟੋ ਸਿਸਟਮ ਲੱਗਾ ਹੋਇਆ, ਜਿਹੜੇ ਫਲ ਨੂੰ ਦਿਲ ਕਰਦਾ ਅੱਗੇ ਆ ਰਹੇ ਖਾ ਰਹੇ ਨੇ। ਲੇਕਿਨ ਅੱਲਾ ਨੇ ਮਨਾ ਕੀਤਾ ਸੀ ਯਾਰ ਕਿ ਇਹ ਫਲ ਦੇ ਦਰਖਤ ਦੇ ਨੇੜੇ ਨਹੀਂ ਜਾਣਾ, ਚਲੇ ਗਏ। ਅੱਲਾਹ ਅੱਲਾ ਫਰਮਾਨੇ ਨੇ ਅਸਾਂ ਆਦਮ ਅਲੈਹਿ ਸਲਾਤੁ ਵਸਲਾਮ ਨੂੰ ਔਰ ਅੰਮਾ ਹਵਾ ਅਲੈਹਿ ਸਲਾਤੁ ਵਸਲਾਮ ਨੂੰ ਜੰਨਤ ਦੇ ਅੰਦਰ ਦਾਖਲ ਕੀਤਾ ਔਰ ਫਰਮਾਇਆ ਕਿ ਤੁਸੀਂ ਇਸ ਜੰਨਤ ਦੇ ਅੰਦਰ ਰਹਿਣਾ ਹੈਗਾ ਤੇ ਇੱਥੇ ਤੁਸੀਂ ਖਾਣਾ ਪੀਣਾ ਹੈਗਾ ਜੋ ਅਸਾਂ ਤੁਹਾਨੂੰ ਦਿੱਤਾ ਹੈਗਾ। ਅੱਲਾ ਫਰਮਾਉਂਦੇ ਨੇ ਵਕੁਲਨਾ ਯਾ ਆਦਮ ਸੁਕੁਨ ਅੰਤ ਵਜ਼ੌਜੁਕਲ ਜੰਨਤਾ ਵਕੁਲਾ ਮਿਨਹਾ ਰਗਦਨ ਹੈਸੁ ਸ਼ਿਅਤੁਮਾ ਫਲਾ ਤਕਰਬਾ ਹਾਦਿਹਿ ਸ਼ਜਰਤਾ ਫਤਕੂਨਾ ਮਿਨਵਾਲਿਮੀਨ। ਓ ਮੇਰੇ ਪਿਆਰੇ ਬੰਦੇ ਆਦਮ ਜੀ, ਜੰਨਤਾਂ ਦਿੱਤੀਆਂ, ਨੇਮਤਾਂ ਦਿੱਤੀਆਂ, ਰੋ ਬੱਸੋ ਜਿਹੜਾ ਦਿਲ ਕਰਦਾ ਜੇ ਖਾਂਦੇ ਰਵੋ। ਲੇਕਿਨ ਇੱਕ ਦਰਖਤ ਦਾ ਫਲ ਇਹਦੇ ਨੇੜੇ ਨਹੀਂ ਜੇ ਜਾਣਾ। ਇਹ ਫਲ ਕਹਿੰਦਾ, ਦਰਖਤ ਕਹਿੰਦਾ ਅਜ਼ਮਾਇਸ਼। ਫਰਮਾਇਆ ਮੇਰੇ ਪਿਆਰੇ ਆਦਮ ਜੀ, ਇਸ ਦਰਖਤ ਦੇ ਨੇੜੇ ਨਹੀਂ ਜੇ ਜਾਣਾ। ਹਜ਼ਰਤ ਆਦਮ ਅਲੈਹਿ ਸਲਾਮ ਨੂੰ ਚੇਤਾ ਭੁੱਲ ਜਾਂਦਾ, ਇਰਾਦਾ ਤਨ ਨਹੀਂ ਖਾਦਾ, ਦਰਖਤ ਦੇ ਕੋਲੇ ਜਾਂਦੇ ਨੇ, ਫਲ ਖਾ ਲਿਆ ਜਾਂਦਾ। ਫਅਜ਼ਲਲਹੁਮਾ ਸ਼ੈਤਾਨੁ ਅਨਹਾ ਫਅਖਰਜਹੁਮਾ ਮਿਮਾ ਕਾਨਾ ਫੀ। ਅੱਲਾ ਫਰਮਾਉਂਦੇ ਨੇ ਸ਼ੈਤਾਨ ਨੇ ਇਹਨਾਂ ਦੋਵਾਂ ਨੂੰ ਬਹਿਕਾਇਆ, ਫਿਸਲਾਇਆ, ਜੰਨਤ ਦੇ ਜਿਹੜੀਆਂ ਨੇਮਤਾਂ ਦੇ ਅੰਦਰ ਰਹਿ ਰਹੇ ਸਨ ਉਹਨਾਂ ਤੋਂ ਦੂਰ ਕਰਦਾ, ਫਿਸਲਾਂਦਾ ਫਿਸਲਾਂਦਾ ਵਰਗਲਾ ਲਾ ਕੇ। ਇੱਕ ਦਿਨ ਉਹ ਹੀ ਆਉਂਦਾ, ਦਰਖਤ ਦਾ ਫਲ ਖਾ ਲੈਂਦੇ ਨੇ। ਵਕੁਲ ਨਹ ਬਿਦੋ ਬਾਦ ਕੁਮ ਲਿਬਾਦਿਨ ਅਦੋ ਵਾਲਾ ਕੁਮ ਫਿਲ ਅਰਜ਼ੀ ਮੁਸਕਰੁ ਵ ਮਤਾਉਨ ਇਲਾਹੀਨ। ਉਹ ਮੇਰੇ ਪਿਆਰੇ ਆਦਮ ਜੀ, ਇੱਕ ਵੇਲਾ ਦਾ ਦਾਣਾ ਖਾ ਲਿਆ ਜਾਂਦਾ, ਜਾਂ ਮੇਰੇ ਆਦਮ ਦੁਨੀਆਂ ਤੇ ਚਲੇ ਜਾਓ। ਮਨਾ ਕੀਤਾ ਸੀ ਇਹਨਾਂ ਫਰਮਾਨੀ ਨਹੀਂ ਕਰਨੀ, ਦਾਣਾ ਨਹੀਂ ਖਾਣਾ, ਗਏ ਕਿਉਂ ਗਏ ਜੇ? ਜੰਨਤ ਦੇ ਅੰਦਰੋਂ ਕੱਢ ਦਿੱਤਾ ਜਾਂਦਾ। ਵਲਕੁਮ ਫਿਲ ਅਰਜ਼ੀ ਮੁਸਕਰੁ ਵ ਮਤਾਉਨ ਇਲਾਹੀ। ਫਰਮਾਇਆ ਹੁਣ ਦੁਨੀਆਂ ਤੇ ਜਾਓ, 4 ਦਿਨ ਉੱਥੇ ਰਹੋ, ਹੈਂ ਕੋਈ ਗੁਜ਼ਾਰ ਕੇ ਆਓ ਦੁਨੀਆਂ ਦੇ ਵੀ, ਫਿਰ ਵਾਪਸ ਆਇਆ ਜੇ। ਫਿਰ ਅਗਲੀ ਗੱਲ, ਉਹ ਇਹਦੀ ਇੱਕ ਮਿਸਾਲ ਅਗਰ ਬਸ ਇਸ਼ਾਰਾ ਤੁਹਾਨੂੰ ਪੇਸ਼ ਕਰਾਂ, ਸੂਰਾ ਕਲਮ ਦੇ ਅੰਦਰ ਜਾਂ ਹਾਕਾ ਦੇ ਅੰਦਰ ਅੱਲਾਹ ਤਾਲਾ ਨੇ ਉਹ ਬਾਗ ਵਾਲਿਆਂ ਦਾ ਕਿੱਸਾ ਬਿਆਨ ਕੀਤਾ ਜੀ।
ਉਹ ਜਿਹੜੇ ਕਹਿੰਦੇ ਸੀ ਸਾਡਾ ਪਿਓ ਤੇ ਹੈ ਹੀ ਉਂਝ ਦਿਨੀ ਤੌਰ ਤੇ ਮਰੀਜ਼ ਸੀ ਕਿ ਸਾਰੇ ਫਲ ਗਰੀਬਾਂ ਚ ਵੰਡ ਵੁੰਡ ਦਿੰਦਾ ਸੀ, ਸਾਰੇ ਅਸਾਂ ਹੀ ਲੈਣੇ ਨੇ। ਉਹਨਾਂ ਨੇ ਭੈੜੀ ਨੀਅਤ ਕੀਤੀ ਸੀ, ਅੱਲਾ ਨੇ ਰਾਤੋ ਰਾਤ ਬਾਗ ਨੂੰ ਭਸਮ ਕਰਕੇ ਰੱਖਤਾ। ਫਿਰ ਮਾਫੀਆਂ ਵੀ ਮੰਗਦੇ ਰਹੇ, ਪਰ ਲਾਜ਼ਮੀ ਨਹੀਂ ਕਿ ਮਾਫੀ ਮੰਗਣ ਨਾਲ ਨਿਮਤ ਵਾਪਸ ਆ ਜਾਵੇ। ਕੀ ਖਿਆਲ ਹੈ ਯਾਰ, ਹੁਣ ਬਾਗ ਦੁਬਾਰਾ ਹਰਾ ਹੋਇਆ ਕੋਈ ਨਹੀਂ, ਉਹ ਕਿੱਥੋਂ ਕਿੱਥੋਂ? ਤੇ ਸਾਡੇ ਪਿਓ ਨੇ ਮਾਫੀ ਮੰਗੀ ਕਿ ਜੰਨਤ ਦੁਬਾਰਾ ਲੱਭ ਗਈ ਸੀ? ਬੋਲਦੇ ਨਹੀਂ। ਉਹ ਨਹੀਂ ਹਜ਼ਰਤ ਸਾਹਿਬ, ਮਾਫੀ ਮੰਗੀ, ਫਤਲਕਾ ਆਦਮ ਮਿਨ ਰੱਬਿਹ ਕਲਿਮਾਤਿਨ ਫਤਾਬ ਅਲੈ ਇਨਹੁ ਹੁਵਤ ਤਵਾਬੁਰ ਰਹੀਮ। ਅੱਲਾ ਨੇ ਕਲਮਾਤ ਸਿਖਾਏ, ਸਿੱਖਦੇ ਨੇ ਰੱਬ ਦੇ ਕੋਲੋਂ ਮਾਫੀਆਂ ਮੰਗੀਆਂ, ਰੱਬ ਨੇ ਮਾਫ ਵੀ ਕੀਤਾ, ਲੇਕਿਨ ਜੰਨਤ ਦੁਬਾਰਾ ਮਿਲੀ। ਫਿਰ ਕਿਵੇਂ ਮਿਲੀ ਦੁਬਾਰਾ? ਦੁਨੀਆਂ ਦੀ ਸਾਰੀ ਜ਼ਿੰਦਗੀ ਗੁਜ਼ਾਰੀ, ਆਜ਼ਮਾਇਸ਼ਾਂ ਤਕਲੀਫਾਂ ਆਈਆਂ, ਖੁਸ਼ੀਆਂ ਗਮ ਵੇਖੇ, ਮੌਤ ਆਈ। ਹੁਣ ਮੌਤ ਤੋਂ ਬਾਅਦ, ਕਿਆਮਤ ਤੋਂ ਬਾਅਦ ਜਾ ਕੇ ਜੰਨਤ ਲੱਭਣੀ। ਅੱਲਾਹ ਅਕਬਰ। ਇਸੇ ਤਰ੍ਹਾਂ ਮੁਹੱਰਮੁਲ ਹਰਾਮ ਦੇ ਅੰਦਰ ਜਿੱਥੇ ਹੋਰ ਨਾਫਰਮਾਨੀਆਂ ਬੜੀਆਂ ਹੁੰਦੀਆਂ ਨੇ ਨਾ, ਇੱਕ ਨਾਫਰਮਾਨੀ ਜਿਹੜੀ ਮੇਨ ਜ਼ਿਕਰ ਕਰੀਏ, ਔਰ ਵਾ ਵੈਲਾ ਫੜਿਆ ਹੁੰਦਾ, ਫੜ ਲਓ ਲਾਈ ਹੈਗੀ ਬਾਜ਼ ਲੋਕਾਂ ਨੇ, ਨੋਹਾ ਕਰਨਾ। ਨੋਹਾ ਕਿਹਨੂੰ ਕਹਿੰਦੇ ਨੇ? ਆਦਾ ਮੂੰਹ ਪਿੱਟਣਾ, ਵਾਲ ਪੱਟਣੇ, ਗਿਰੇ ਬਾਨ ਫਾੜਨੇ, ਆਪਣੇ ਆਪ 'ਤੇ ਜ਼ੁਲਮ ਕਰਨਾ। ਇਹ ਕਿਉਂ ਕਰਦੇ ਨੇ ਕਿ ਹਜ਼ਰਤ ਹੁਸੈਨ ਰਜ਼ੀ ਅੱਲਾਹ ਤਾਲਾ ਅਨਹੁ ਸ਼ਹੀਦ ਹੋਏ। ਪਾਣੀ ਦੀਆਂ ਸਬੀਲਾਂ ਲਾਈਆਂ ਜਾਂਦੀਆਂ। ਯਾਦ ਰੱਖਿਆ ਜੇ ਸਾਰੇ ਕੰਮ ਬਿਦਅਤ ਹੈ, ਜੇ ਬਿਦਅਤ, ਜੇ ਸਿਵਾਏ ਇਸ ਬਾਤ ਤੋਂ ਕਿ ਮੁਹੱਰਮੁਲ ਹਰਾਮ ਦੇ ਅੰਦਰ ਸੋਹਣਾ ਪੈਗੰਬਰ ਕਸਰਤ ਨਾਲ ਰੋਜ਼ੇ ਰੱਖਦੇ, ਫਿਰ ਆਸ਼ੂਰਾ ਦਾ ਰੋਜ਼ਾ ਰੱਖਿਆ ਜਾਂਦਾ, ਇਸ ਨੇਕੀ ਤੋਂ ਇਲਾਵਾ ਮੁਹੱਰਮੁਲ ਹਰਾਮ ਦੇ ਨਾਲ ਜਿਹੜੀ ਵੀ ਨੇਕੀ ਜੋੜੀ ਜਾਣੀ, ਜੇ ਸਭ ਬਿਦਅਤ। ਗੱਲ ਮੁੱਕਦੀ ਮੰਗਾ ਦੀ, ਇੱਕ ਨੂੰ ਸਾਈਡ 'ਤੇ ਕਰ ਦਿਓ। ਐਵੇਂ ਤੁਸੀਂ ਲਹਿਦਾ ਲਹਿਦਾ ਪੁੱਛੋ ਜੀ ਕਬਰਾਂ 'ਤੇ ਮਿੱਟੀ ਪਾਉਣਾ, ਲਓ ਜੀ ਪਾਣੀ ਪਿਆਉਣਾ, ਇਹ ਸਾਰੇ ਜਾਇਜ਼ ਨੇ। ਮੁੱਕਦੀ ਗੱਲ ਮੁਕਾਈ ਕਿ ਰੋਜ਼ੇ ਤੋਂ ਇਲਾਵਾ ਜਿੰਨੇ ਕੰਮ ਕੀਤੇ ਜਾਂਦੇ ਨੇ, ਕਿਸੇ ਇੱਕ ਵੀ ਸਹੀ ਹਦੀਸ ਤੋਂ ਸਾਬਤ ਨਹੀਂ ਹੈ। ਕਈ ਕਹਿੰਦੇ ਨੇ ਜੀ ਗਰਮੀ ਬੜੀ ਪਿਆਣੀ ਪਿਆਣਾ ਚਾਹੀਦਾ, ਇਹਨਾਂ ਨੂੰ ਬੰਦਾ ਧੋਣੋ ਲਵੇ ਫੜ, ਅਤੇ ਨਾਲੇ ਦੋ ਚਾਰ ਪੋਲੇ ਲਾਵੇ ਅਤੇ ਪੁੱਛੇ ਇੱਕ ਮਹੀਨਾ ਥੋੜ੍ਹਾ ਜਿਹਾ ਪਿਛਲੇ ਮਹੀਨੇ 'ਚ ਜਾਈਏ, ਅਤੇ ਇਹਦੇ ਤੋਂ ਬਹੁਤੀ ਗਰਮੀ ਸੀ, ਅੱਜ ਤਾਂ ਫਿਰ ਅੱਲਾ ਨੇ ਸਕੂਨ ਹੈ, ਸਾਹਮਣੇ ਭਾਦੋਂ ਦਾ ਆ ਗਿਆ, ਕਿਤੇ ਠੰਡ ਗਰਮੀ ਰਹਿਣੀ, ਇਹਦੋਂ ਪਿੱਛੇ ਕਿੰਨੀ ਕਿਸੇ ਨੇ ਜਸਾਰਤ ਕੀਤੀ ਪਾਣੀ ਪਿਆਉਣ ਦੀ? ਨਹੀਂ। ਹੁਣ ਜਗ੍ਹਾ ਜਗ੍ਹਾ 'ਤੇ ਸਬੀਲਾਂ ਲਾਈਆਂ, ਲਾ ਦੇ ਕਿਉਂ ਨੇ ਜੀ? ਹਜ਼ਰਤ ਹੁਸੈਨ ਰਜ਼ੀ ਅੱਲਾਹ ਤਾਲਾ ਉਹਨਾਂ ਨੂੰ 5 ਦਿਨ ਪਾਣੀ ਨਹੀਂ ਲੱਭਿਆ, ਝੂਠ ਹੈ। ਹਜ਼ਰਤ ਉਸਮਾਨ ਨੂੰ 40 ਦਿਨ ਪਾਣੀ ਨਹੀਂ ਲੱਭਿਆ, ਝੂਠ ਹੈ। ਸ਼ੀਆ ਦੀਆਂ ਆਪਣੀਆਂ ਕਿਤਾਬਾਂ ਦੇ ਅੰਦਰ, ਸਾਡਾ ਨਹੀਂ, ਸਾਡੀ ਕੀ ਮਜ਼ਾਕ, ਹਵਾਲੇ ਦਾ ਗੁਨਾਹਗਾਰ ਬੰਦਾ ਜ਼ਿੰਮੇਦਾਰ ਹੈ। ਇਹਨਾਂ ਦੀਆਂ ਆਪਣੀਆਂ ਕਿਤਾਬਾਂ ਦੇ ਅੰਦਰ ਲਿਖਿਆ, ਇਹਨਾਂ ਦੇ ਆਪਣੇ ਮੁਅੱਖਿਨ ਨੇ ਲਿਖਿਆ ਕਿ ਹਜ਼ਰਤ ਹੁਸੈਨ ਰਜ਼ੀ ਅੱਲਾਹੁ ਤਾਲਾ ਅਨਹੁ ਔਰ ਇਹਨਾਂ ਦੀ ਜੁਮਲਾ ਫੈਮਿਲੀ ਜਦੋਂ ਪਿਆਸ ਲੱਗਦੀ ਇਹਨਾਂ ਦੇ ਪਾਣੀ ਬੰਦ ਕੀਤਾ, ਜ਼ਮੀਨ ਖੋਦਦੇ ਪਾਣੀ ਨਿਕਲਿਆ ਉਹਦਾ ਪਾਣੀ ਪੀਂਦੇ। ਇਹ ਕਰਾਮਤ ਜ਼ਾਹਰ ਕਰਦੇ ਨੇ। ਦੂਜੇ ਮਹੀਨੇ ਕਹਿੰਦੇ ਨੇ 5-7 ਦਿਨ ਪਾਣੀ ਬੰਦ ਰਿਹਾ ਹੈਗਾ, ਪਾਣੀ ਨਹੀਂ ਉਹਨਾਂ ਨੂੰ ਮਿਲਿਆ, ਲਿਆਜ਼ਾ ਚਲੋ ਫਰਜ਼ ਕਰੋ ਮੰਨ ਲਈਏ ਇੱਕ ਲਮਹੇ ਲਈ ਪਾਣੀ ਨਹੀਂ ਮਿਲਿਆ, ਅਤੇ ਫਿਰ ਹੱਕ ਕੀ ਬਣਦਾ? 5 ਦਿਨ ਪਿਆਸੇ ਰਹਿਣ, ਪਾਣੀ ਦੇ ਲਾਗੇ ਵੀ ਨਾ ਜਾਣ, ਕੱਢ ਕੇ ਵਿਖਾਣ ਹਾਂ ਜ਼ਰਾ ਇੱਕ ਦਿਨ, ਇੱਧਰ ਨਹੀਂ ਆਉਣਾ, ਪਾਣੀ ਪਿਆਉਣਾ, ਮੁਖਾਲਫਤ ਕਰਨੀ। ਫਿਰ ਸੋਹਣੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਿੰਦਗੀ ਦੇ ਅੰਦਰ ਔਰ ਮੇਰੇ ਪੈਗੰਬਰ ਤੋਂ ਪਹਿਲੇ ਮੁਹੱਰਮੁਲ ਹਰਾਮ ਦੇ ਅੰਦਰ ਬੜੀਆਂ ਬੜੀਆਂ ਸ਼ਹਾਦਤਾਂ ਹੋਈਆਂ, ਬਾਅਦ ਦੇ ਅੰਦਰ ਹੋਈਆਂ। ਹਜ਼ਰਤ ਉਮਰ ਰਜ਼ੀ ਅੱਲਾਹੁ ਤਾਲਾ ਅਨਹੁ ਇਸੇ ਮਹੀਨੇ ਦੇ ਅੰਦਰ ਸ਼ਹੀਦ ਕੀਤੇ ਜਾਂਦੇ ਨੇ, ਹੈਂ ਹਜ਼ਰਤ ਅਲੀ ਉਲ ਮੁਰਤਜ਼ਾ ਰਜ਼ੀ ਅੱਲਾਹੁ ਤਾਲਾ ਅਨਹੁ ਉਹਨਾਂ ਦੀ ਸ਼ਹਾਦਤ ਪਾਈ ਜਾਂਦੀ, ਹਜ਼ਰਤ ਹੁਸੈਨ ਔਰ ਦੀਗਰ ਹਜ਼ਰਤ ਉਸਮਾਨ ਰਜ਼ੀ ਅੱਲਾਹੁ ਤਾਲਾ ਉਹਨਾਂ ਦੇ ਤੋਂ ਪਿਛਲੇ ਮਹੀਨੇ 'ਚ। ਲੇਕਿਨ ਇਤਨੇ ਇਤਨੇ ਬੜੇ ਜਲੀਲ ਉਲ ਕਦਰ ਸਹਾਬਾ, ਕਿਸੇ ਇੱਕ ਸਹਾਬੀ ਦੀ ਸ਼ਹਾਦਤ ਤੇ ਨੋਹਾ ਨਹੀਂ।
ਅਗਰ ਸ਼ਹਾਦਤ ਦੇ ਉੱਪਰ ਲੋਹਾ ਹੁੰਦਾ, ਯਕੀਨ ਕਰੋ ਇਸਲਾਮੀ ਤਾਰੀਖ ਦੇ ਅੰਦਰ ਇੱਕ ਬੰਦਾ ਇਸ ਕਾਬਲ ਹੈਗਾ ਜਿਹਦੀ ਸ਼ਹਾਦਤ 'ਤੇ ਲੋਹਾ ਕੀਤਾ ਜਾਂਦਾ ਅਗਰ ਜਾਇਜ਼ ਹੁੰਦਾ, ਉਹ ਕਿਹੜਾ ਬੰਦਾ ਸੀ? ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ। ਅਗਰ ਸ਼ਹਾਦਤ ਦੇ ਉੱਪਰ ਲੋਹਾ ਜਾਇਜ਼ ਹੁੰਦਾ, ਉਹ ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਨੇ, ਹਜ਼ਰਤ ਸਾਹਿਬ ਜਿਨ੍ਹਾਂ ਨੇ ਦੀਨੇ ਇਸਲਾਮ ਨੂੰ ਇਸ ਕਦਰ ਫੈਲਾਇਆ, ਸੋਹਣੇ ਪੈਗੰਬਰ ਤੋਂ ਬਾਅਦ ਅਦਲੋ ਇਨਸਾਫ ਦਾ ਇੱਕ ਚਰਚਾ ਕੀਤਾ, ਦੁਨੀਆ ਅੱਜ ਤੱਕ ਉਹਦੀ ਮਿਸਾਲ ਦੇਣ ਤੋਂ ਕਾਸਰ ਹੈ, ਲੇਕਿਨ ਜਾਇਜ਼ ਨਹੀਂ ਹੈ। ਸੋਹਣੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਲੈਸਾ ਮਿੰਨਾ, ਉਹ ਬੰਦਾ ਸਾਡੇ ਵਿੱਚੋਂ ਹੀ ਨਹੀਂ, ਔਰਤ ਸਾਡੇ ਵਿੱਚੋਂ ਨਹੀਂ। ਜਿਹੜੀ ਔਰਤ ਨੇ ਆਪਣਾ ਮੂੰਹ ਪਿਟਿਆ, ਗਿਰੇਬਾਨ ਫਾੜਿਆ, ਵਾਲ ਪੱਟੇ, ਇਸ ਵਾਸਤੇ ਉਹਨੇ ਕਿਸੇ ਦੇ ਗਮ ਦੇ ਅੰਦਰ ਨੋਹਾ ਕਰ ਦਈਏ, ਨਾ ਸ਼ੁਕਰੀਆ ਕਰ ਦਿਆ। ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਬੜੀ ਪਿਆਰੀ ਹਦੀਸ ਫਰਮਾਇਆ ਅਰਬਾਉਨ ਫੀ ਉਮਤੀ ਮਿਨ ਅਮਰਿਲ ਜਾਹਿਲਿਯਤਿ ਲਾ ਯਤਰੂਕੂਨਾ ਹੁੰਨਾ। ਫਰਮਾਇਆ ਚਾਰ ਕੰਮ ਜਹਾਲਤ ਵਾਲੇ, ਚਾਰ ਕੰਮ ਜਹਾਲਤ ਵਾਲੇ, ਜਾਹਲਾਂ ਵਾਲੇ, ਦੌਰੇ ਜਾਹਲੀਅਤ ਦੇ। ਦੌਰਾ ਜਾਹਲੀਅਤ ਕਿਹੜਾ? ਮੇਰੇ ਪੈਗੰਬਰ ਤੋਂ ਪਹਿਲੇ ਦਾ ਜਿਹੜਾ ਦੌਰ ਹੈ, ਜਦੋਂ ਲੋਕ ਬੁੱਤਾਂ ਦੀ ਪੂਜਾ ਕਰਦੇ ਸਨ, ਉਸ ਦੌਰ ਦੀਆਂ ਚਾਰ ਗੰਦੀਆਂ ਆਦਤਾਂ ਫਰਮਾਇਆ ਮੇਰੀ ਉਮਤ ਦੇ ਅੰਦਰ ਰਹਿਣਗੀਆਂ। ਲਾ ਯਤਰੂਕੂਨਾ ਹੁੰਨਾ, ਇਹ ਉਹਨਾਂ ਨੂੰ ਛੱਡਣਗੇ ਵੀ ਨਹੀਂ। ਉਹਨਾਂ ਦੇ ਅੰਦਰੋਂ ਸਭ ਤੋਂ ਪਹਿਲੇ ਅਲ ਫਖਰੂ ਫਿਲ ਅਹਸਾਬ, ਹਸਬ ਦੇ ਉੱਪਰ ਆਪਣੇ ਫਖਰ ਕਰਨਾ। ਮੈਂ ਜੀ ਗੁਜਰ ਸਾਹਿਬ ਹਾਂ, ਮੈਂ ਡੋਗਰ ਸਾਹਿਬ ਹਾਂ, ਮੈਂ ਮਹਿਰ ਸਾਹਿਬ ਹਾਂ, ਮਲਕ ਮਹਿਰ ਨਾਲ, ਮਲਕ ਨਾਲ, ਇਹਨਾਂ ਨਾਲ, ਯਕੀਨ ਕਰੋ ਸਾਹਿਬ ਨਾਲ ਉਹ ਗੱਲ ਪੈ ਜਾਂਦੇ ਆ। ਤੇ ਕਮੀ ਨੂੰ ਕਿਸੇ ਨੂੰ ਚੰਦ ਇੰਜ ਦੇ ਵੀ ਸਾਡੇ ਵਿੱਚ ਹੈ ਨੇ, ਅਸਾਂ ਕਹਿੰਦੇ ਜੀ ਇਹ ਉਂਝ ਕਮੀਆਂ ਨੇ। ਵੱਤਾ ਨੂੰ ਫਿਲ ਅਨਸਾਬ, ਦੂਸਰੇ ਬੰਦੇ ਦੇ ਨਸਬ ਤੇ ਤਾਨਾਜ਼ ਨਹੀਂ ਕਰਨਾ, ਇਹ ਦੂਸਰਾ ਕੰਮ ਹੈ। ਆਪਣੇ ਹਸਬ ਨਸਬ ਤੇ ਫਖਰ ਕਰਨਾ, ਦੂਸਰੇ ਦੇ ਨਸਬ ਤੇ ਤਾਨਾਜ਼ ਨਹੀਂ ਕਰਨਾ। ਵੱਲ ਇਸਤਿਸਕਾਉ ਬਿਨ ਨਜੂਮ, ਸਿਤਾਰਿਆਂ ਤੋਂ ਕਿਸਮਤ ਦਾ ਹਾਲ ਮਾਲੂਮ ਕਰਨਾ, ਜਾਂ ਸਿਤਾਰਿਆਂ ਦੇ ਜ਼ਰੀਏ ਬਾਰਿਸ਼ ਤਲਬ ਕਰਨਾ ਕਿ ਅੱਜ ਜਿਹੜੀ ਬਾਰਿਸ਼ ਆਈ ਹੈ ਫਲਾਂ ਸਿਤਾਰੇ ਦੀ ਵਜ੍ਹਾ ਤੋਂ ਆਈ ਹੈ, ਅੱਜ ਹਨੇਰੀ ਆਈ ਹੈ ਫਲਾਂ ਸਿਤਾਰੇ ਦੀ ਵਜ੍ਹਾ ਤੋਂ ਆਈ ਹੈ, ਜਾਂ ਤੇਰਾ ਸਤਾਰਾ ਸਿਆਰਾ ਇੱਥੇ ਗਲਦਸ਼ ਕਰ ਰਿਹਾ, ਤੇਰੀ ਸ਼ਾਦੀ ਇੰਨੀ ਦੇਰ ਬਾਅਦ ਹੋਏਗੀ ਤੇਰੇ ਕੋਲ, ਇਹਨੇ ਪੁੱਤਰ ਸਭ ਝੂਠ ਫਰਾਰ। ਮੇਰੇ ਪੈਗੰਬਰ ਨੇ ਫਰਮਾਇਆ ਲੋਗੋ ਇਹ ਤਾਂ ਦੌਰੇ ਜਾਹਲੀਅਤ ਦੀਆਂ ਗੰਦੀਆਂ ਆਦਤਾਂ ਦੇ ਅੰਦਰੋਂ ਆਦਤਾਂ ਆਇਆ ਨੇ, ਇਹਨਾਂ ਨੂੰ ਛੱਡ ਦਿਓ। ਵੰਨਿਆਹਾ ਅਤੇ ਨੋਹਾ ਕਰਨਾ, ਇਹ ਚੌਥਾ ਕੰਮ ਹੈ। ਅੱਗੇ ਮੇਰੇ ਪੈਗੰਬਰ ਨੇ ਫਰਮਾਇਆ ਯਾਦ ਰੱਖਿਆ ਜੇ ਮੇਰੀਆਂ ਬੀਬੀਆਂ ਭੈਣਾਂ ਜਿਹੜੀਆਂ ਮਾਵਾਂ ਭੈਣਾਂ ਖਾਸ ਤੌਰ 'ਤੇ ਯਾਦ ਰੱਖਿਆ ਜੇ ਫਰਮਾਇਆ ਅਗਰ ਇੱਕ ਲੋਹਾ ਕਰਨ ਵਾਲੀ ਮੌਤ ਹੋ ਜਾਂਦੀ, ਉਹਦੀ ਫੌਤ ਹੋ ਜਾਂਦੀ ਹੈ ਇਸ ਹਾਲਤ ਦੇ ਅੰਦਰ ਕਿ ਉਹਨੇ ਜਿਹੜਾ ਲੋਹਾ ਕੀਤਾ ਕਿਸੇ ਦੀ ਵਫਾਤ 'ਤੇ, ਵਾਲ ਪੁੱਟੇ ਨੇ, ਚਿਹਰਾ ਪੁੱਟਿਆ, ਗਿਰੇਬਾਨ ਫਾੜਿਆ, ਉਹਨੇ ਤੋਬਾ ਨਹੀਂ ਕੀਤੀ, ਅੱਲਾਹ ਅਕਬਰ। ਫਰਮਾਇਆ ਵਾ ਅਲੈਹਾ ਸਿਰਬਾਲੁ ਮਿਨ ਕਿਤਰਾਨ, ਅੱਲਾਹ ਤਾਲਾ ਇਹਨੂੰ ਜਿਹੜਾ ਲਿਬਾਸ ਪਹਿਨਾਉਣਗੇ ਨਾ ਗੰਧਕ ਦਾ, ਜਿਹੜੀ ਲੁੱਕ ਨਹੀਂ ਹੁੰਦੀ ਜਿਵੇਂ, ਜਾਂ ਗੰਧਕ, ਇਹਦਾ ਲਿਬਾਸ ਬਣਾਇਆ ਜਾਏਗਾ। ਖਾਰਸ਼ ਹੀ ਖਾਰਸ਼ ਹੁੰਦੀ, ਖਾਰਸ਼ ਦੀ ਬਿਮਾਰੀ ਹੋਏਗੀ, ਇਹ ਲਿਬਾਸ ਪਹਿਨਦਿਆਂ ਜਾਣਾ ਇਹਦੇ ਸਿਰ ਜਿਸਮ 'ਤੇ ਜਾਏਗਾ, ਖਾਰਸ਼ ਸ਼ੁਰੂ ਹੋ ਜਾਏਗੀ। ਤੁਸੀਂ ਅੰਦਾਜ਼ਾ ਲਾਓ ਕਿ ਇੱਥੇ ਖਾਰਸ਼ ਹੋਣੀ ਲੱਗ ਪਵੇ, ਫਿਰ ਜਿਹੜੇ ਬੰਦੇ 'ਤੇ ਗੰਧਕ ਸਿੱਟ ਕੇ ਉੱਤੇ ਤੀਲੀ ਲਾ ਦਈਏ, ਜਾਂ ਲੁੱਕ ਸਿੱਟ ਕੇ ਉੱਤੇ ਤੀਲੀ, ਇੱਕ ਬੰਦਾ ਵੈਸੇ ਜਲੇ, ਇੱਕ ਲੁੱਕ ਜਲਦੀ ਪਈ ਹੈ ਉਹਦੇ ਵਿੱਚ ਸਿੱਟ ਕੇ ਉੱਤੋਂ ਅੱਗ ਲਾ ਲਈਏ,
ਤਕਲੀਫ ਦੇ ਅੰਦਰ ਇਜ਼ਾਫਾ ਫਰਮਾਇਆ। ਇਹੋ ਜਿਹਾ ਲਿਬਾਸ ਅਸਾਂ ਐਸੀਆਂ ਔਰਤਾਂ ਨੂੰ ਬੰਦਿਆਂ ਨੂੰ ਪਹਿਨਾਵਾਂਗੇ ਜਿਹੜੇ ਨੋਹਾ ਕਰਦੇ ਰਹਿ, ਉਹਨਾਂ ਨੇ ਤੋਬਾ ਨਹੀਂ ਕੀਤੀ, ਇਸੇ ਹਾਲਤ ਦੇ ਅੰਦਰ ਫੋਤ ਹੋ ਜਾਂਦੇ। ਇਹ ਨੋਹਾ ਕਿਉਂ ਕਰਦੇ ਨੇ ਕਿ ਹਜ਼ਰਤ ਹੁਸੈਨ ਰਜ਼ੀ ਅੱਲਾਹ ਤਾਲਾ ਅਨਹੁ ਦੀ ਸ਼ਹਾਦਤ ਹੋਈ, ਸਾਡਾ ਦੀਨ ਇਸਲਾਮ ਮੈਨੂੰ ਦੱਸੋ ਯਾਰ ਸਾਨੂੰ ਨੋਹਾ ਕਰਨਾ ਸਿਖਲਾਉਂਦਾ, ਸਾਨੂੰ ਭਲਾ ਕੀ ਸਿਖਾਇਆ ਸਾਡੇ ਦੀਨ ਨੇ। ਅੱਲਾਹ ਫਰਮਾਨ ਵਾਲਾ ਨਬਲੁਵਨਕੁਮ ਬਿਸ਼ਈਇਮ ਮਿਨਲ ਖੌਫ ਵਲ ਜੂਇ ਵ ਨਕਸਿਮ ਮਿਨਲ ਅਮਵਾਲ ਵਲ ਅੰਫੁਸਿ ਵ ਸਮਰਾਤ ਵ ਬਸ਼ਿਰ ਸਾਬਿਰੀਨ। ਉਹ ਲੋਕੋ ਅਸਾਂ ਤੁਹਾਨੂੰ ਜ਼ਰੂਰ ਅਜ਼ਮਾਵਾਂਗੇ ਕਿੰਨਾ ਚੀਜ਼ਾਂ ਦੇ ਨਾਲ, ਕਿਤੇ ਜਾਨਾਂ ਲੈ ਕੇ ਅਜ਼ਮਾਵਾਂਗੇ, ਕਿਤੇ ਮਾਲ ਲੈ ਕੇ ਅਜ਼ਮਾਵਾਂਗੇ, ਕਿਤੇ ਦੇ ਕੇ ਅਜ਼ਮਾਵਾਂਗੇ, ਫਲਾਂ ਦੇ ਅੰਦਰ ਫਸਲਾਂ ਦੇ ਅੰਦਰ ਕਮੀਆਂ ਕਰਕੇ ਅਜ਼ਮਾਵਾਂਗੇ। ਮੇਰੇ ਸੋਹਣਿਆ ਵਾ ਬਸ਼ਿਰ ਸਾਬਿਰੀਨ, ਤੇ ਜਿਹੜੇ ਬੰਦੇ ਸਬਰ ਕਰਨਗੇ ਉਹਨਾਂ ਨੂੰ ਖੁਸ਼ਖਬਰੀਆਂ ਦੇ ਦਿਓ। ਅਲਲਜ਼ੀਨਾ ਕਾਲੂ ਇਨਨਾ ਲਿਲਲਾਹਿ ਵਾ ਇਨਨਾ ਇਲੈਹਿ ਰਾਜਿਊਨ, ਜਿਨ੍ਹਾਂ ਨੂੰ ਮੁਸੀਬਤ ਆਉਂਦੀ ਹੈ ਤੇ ਕੀ ਕਹਿੰਦੇ ਨੇ, ਅੱਲਾਹ ਦਾ ਮਾਲ ਸੀ ਯਾਰ ਅੱਲਾਹ ਨੇ ਲੈ ਲਿਆ, ਇਨਨਾ ਲਿਲਲਾਹਿ ਵਾ ਇਨਨਾ ਇਲੈਹਿ ਰਾਜਿਊਨ। ਹਾਂ, ਅੱਖਾਂ 'ਚੋਂ ਆਂਸੂ ਆ ਜਾਂਦੇ, ਬੰਦਾ ਰੋਂਦਾ। ਇਹ ਨੋਹਾ ਨਹੀਂ ਦਾ, ਇਹ ਰੋਣਾ ਸ਼ਰੀਅਤ ਦੇ ਅਮੂਰ ਦੇ ਖਿਲਾਫ ਨਹੀਂ, ਰੱਬ ਦੀ ਨਾਫਰਮਾਨੀ ਨਹੀਂ। ਮੇਰੇ ਪੈਗੰਬਰ ਬਜ਼ਾਤੇ ਖੁਦ ਇਬਰਾਹੀਮ ਦੀ ਵਫਾਤ 'ਤੇ ਰੋਏ ਨੇ, ਹੋਰ ਕਈ ਇੱਕ ਦੀ ਵਫਾਤ 'ਤੇ, ਬੱਚਿਆਂ ਦੀ ਵਫਾਤ 'ਤੇ ਸੁਣੇ, ਪੈਗੰਬਰ ਦੀਆਂ ਅੱਖਾਂ 'ਚੋਂ ਆਂਸੂ ਆਏ, ਰੋਏ ਨੇ। ਲੇਕਿਨ ਆਪਣਾ ਹੱਥ ਮਾਰਨ ਲੱਗ ਪੈਣਾ, ਸੀਨਾ ਫਾੜਨ ਲੱਗ ਪੈਣਾ, ਓਏ ਮੇਰਾ ਹਰਸ਼ਾ ਗਈ, ਓਏ ਮੈਂ ਲੁੱਟ ਗਈ। ਬੀਬੀਆਂ ਦੇ ਜ਼ਿਆਦਾ ਤੇਰੇ ਕੰਮ ਹੁੰਦੇ ਆਏ ਨੇ, ਅਤੇ ਇਹਦੇ ਤੋਂ ਬਾਜ਼ ਆ ਜਾਣਾ ਚਾਹੀਦਾ। ਅੱਲਾਹੁ ਅਕਬਰ ਕਬੀਰਾ ਫਰਮਾਇਆ। ਇਹ ਫਿਰ ਜਿਹੜੇ ਲੋਕ ਨੇ, ਉਲਾਇਕਾ ਅਲੈਹਿਮ ਸਲਾਵਾਤੁਮ ਮਿਨ ਰੱਬਿਹਿਮ ਵਰਹਿਮਾ ਵਉਲਾਇਕਾ ਹੁਮੁਲ ਮੁਹਤਦੂਨ, ਇਹਨਾਂ ਦੀ ਰੱਬ ਦੀ ਤਰਫੋਂ ਇਹਨਾਂ 'ਤੇ ਰਹਿਮਤਾਂ ਨਾਜ਼ਲ ਹੁੰਦੀਆਂ। ਇਹ ਲੋਕ ਹਕੀਕੀ ਹਦਾਇਤ ਯਾਫਤਾ ਲੋਕ ਨੇ ਜਿਹੜੇ ਸਬਰ ਕਰਦੇ ਆ। ਯਾਰ ਰੱਬ ਦਾ ਦਿੱਤਾ ਮਾਲ ਸੀ, ਰੱਬ ਲੈ ਗਿਆ, ਇੰਨਾ ਲਿਲਾਹਿ ਵਾ ਇੰਨਾ ਇਲੈਹਿ ਰਾਜਿਊਨ। ਇਹ ਪੜ੍ਹਦੇ ਨੇ, ਸਬਰ ਕਰ ਖੜੋਂਦੇ ਨੇ, ਬਜਾਏ ਇਸ ਦੇ ਕਿ ਬੰਦਾ ਰੋਣਾ ਧੋਣਾ ਲਾਈ ਫਿਰੇ। ਇਹ ਸ਼ਾਇਦ ਇਹਨਾਂ ਨੂੰ ਉਂਝ ਸਜ਼ਾ ਪਈ ਲੱਭਦੀ ਹੈਗੀ ਹੈ। ਐਂਡ 'ਤੇ ਮੈਂ ਚੰਦ ਇੱਕ ਚੀਜ਼ਾਂ, ਮੇਰੇ ਉਹ ਭਰਾਓ ਸੁਣੇ, ਪੈਗੰਬਰ ਨੇ ਕਬਰਾਂ ਦੀ ਜ਼ਿਆਰਤ ਦਾ ਹੁਕਮ ਦਿੱਤਾ ਹੈਗਾ, ਲੇਕਿਨ ਮੁਹਰਮ ਦੇ ਨਾਲ ਖਾਸ ਨਹੀਂ ਕੀਤਾ। ਕਬਰਾਂ ਦਾ ਖਿਆਲ ਰੱਖਣ ਦਾ ਹੁਕਮ ਦਿੱਤਾ, ਲੇਕਿਨ ਮੁਹਰਮ ਦੇ ਅੰਦਰ ਹੀ ਜਾ ਕੇ ਅੱਲਾਹ ਸਾਨੂੰ ਮੁਆਫ ਕਰੇ। ਐ ਯਕੀਨ ਕਰਿਆ ਜੇ 9-10 ਮੁਹਰਮ ਹੁਣ ਆਏਗਾ ਨਾ, ਤੁਸਾਂ ਅੰਦਾਜ਼ਾ ਲਾਇਆ ਜੇ ਕਬਰਸਤਾਨ ਇੰਜ ਲੱਗੇਗਾ ਜਿਵੇਂ ਮੇਲਾ ਹੁੰਦਾ। ਅੱਲਾਹ ਮੁਆਫ ਕਰੇ, ਇਬਰਤ ਦੀ ਜਗ੍ਹਾ, ਡਰਨ ਦੀ ਜਗ੍ਹਾ। ਇਸ ਵਾਸਤੇ ਕਬਰਾਂ ਦੀ ਜ਼ਿਆਰਤ ਦਾ ਹੁਕਮ ਦਿੱਤਾ, ਤੁਸੀਂ ਜਾਓ, ਤੁਹਾਨੂੰ ਆਖਰਤ ਯਾਦ ਆਏ। ਬੇਪਰਦਾ ਔਰਤਾਂ ਜਾ ਰਹੀਆਂ, ਇੱਕ ਬੰਦਾ ਆਪਣੀਆਂ 5-7 ਧੀਆਂ ਲੈ ਕੇ, ਬੀਬੀ ਨੂੰ ਨਾਲ ਲੈ ਕੇ, ਬੱਚੇ ਨਾਲ ਲੈ ਕੇ, ਉਰਲੇ ਪਰਲੇ ਸਾਰੇ, ਕੋਈ ਪਰਦੇ ਵਾਲੇ, ਕੋਈ ਬੇਪਰਦਾ, ਸਾਰੇ ਜਾ ਰਹੇ। ਉੱਥੇ ਮੇਲਾ ਜਿਵੇਂ ਕਬਰਸਤਾਨ 'ਚ ਲੱਗਾ, ਕੋਈ ਟਰਾਲਣਾ ਸਤਾਉਂਦਾ ਪਿਆ, ਕੋਈ ਮਿੱਟੀ ਸਤਾ। ਅੱਲਾਹ ਦੀ ਕਸਮ ਉਠਾ ਕੇ ਕਹਿੰਦਾ, ਬਾਵਜੂ ਮਿੰਬਰ 'ਤੇ ਖੜੋ ਕੇ ਭਾਬੀ ਵਾਲ ਨਹੀਂ ਜੇ ਆਉਂਦੇ ਅਲੇ ਹਦੀਸ, ਦੂਜਿਆਂ ਦਾ ਕੀ ਜ਼ਿਕਰ ਕਰੀਏ, ਉਹਨਾਂ ਦਾ ਕੀ ਨਾਂ ਲਈਏ। ਮੈਂ ਜਿੱਥੋਂ ਪਿੱਛੋਂ ਆਇਆ, ਮੁਹਰਮ 'ਚ ਜੀ ਪੈਸੇ ਇਕੱਠੇ ਕਰਨੇ ਟਰਾਲੀਆਂ, ਉਹ ਜੀ ਲੋਕ ਅੱਗੇ ਪਿੱਛੇ ਨਹੀਂ ਦਿੰਦੇ, ਨਹੀਂ ਦਿੰਦੇ। ਤੇ ਜਿਨ੍ਹਾਂ ਦੀਆਂ ਕਬਰਾਂ ਹੈ ਨੇ, ਮੈਂ ਸਾਰੀਆਂ ਦੀਆਂ ਕਬਰਾਂ ਦਾ ਠੇਕਾ ਲਿਆ ਯਾਰ।
ਜਿੰਦੀ ਕਬਰ ਹੈਗੀ ਮਿੱਟੀ ਪਾਵੇ ਤੇ ਭਾਵੇਂ ਨਾ ਪਾਵੇ, ਜੇ ਬਹੁਤਾ ਅਹਿਸਾਸ ਆਇਆ ਤੇ ਟਰਾਲੀ ਜਾ ਕੇ ਅੱਗੇ ਪਿੱਛੇ ਵੀ ਤੇ ਪਾ ਸਕਣਾ। ਲਾਜ਼ਮੀ ਕਿ ਰਮਜ਼ਾਨ 'ਚ ਇੱਥੇ ਪੈਸੇ ਇਕੱਠੇ ਕਰਕੇ ਤੇ ਉਹਦੇ ਤੇ ਲਾਣੇ ਤੇ ਮਿੱਟੀਆਂ ਸਟਾਣੀਆਂ। ਹਜ਼ਰਤ ਸਾਹਿਬ ਜਿਹੜੀ ਬਿਦਅਤ ਤੇ ਬਿਦਅਤ ਤੇ ਭਾਵੇਂ ਅਹਲੇ ਹਦੀਸ ਕਰੇ, ਅਹਲੋ ਸੁਨਨਾ ਕਰੇ, ਜਿਹੜਾ ਦਿਓਬੰਦੀ ਬਰੇਲਵੀ ਸ਼ੀਆ ਕਰੇ, ਕਾਇਨਾਤ ਦੇ ਅੰਦਰ ਅਸਮਾਨ ਦੀ ਛੱਤ ਦੇ ਥੱਲੇ ਜਿਹੜਾ ਵੀ ਬੰਦਾ ਬਿਦਅਤ ਦਾ ਇਰਤਕਾਬ ਕਰੇਗਾ, ਮੇਰੇ ਪੈਗੰਬਰ ਨਾਲ ਉਹਦਾ ਤਾਲੁਕ ਨਹੀਂ। ਜੇ ਬਾਜ਼ ਆ ਜਾਓ ਜਿਹੜੇ ਬੰਦੇ ਟਰਾਲੀਆਂ ਸਟਾਉਂਦੇ, ਜੇ ਜਿਹੜੇ ਮਿੱਟੀਆਂ 'ਚ ਸਟਾਉਂਦੇ, ਜਿਹੜੇ ਕਿਲੋ ਇੰਨੇ ਦੇ ਫੁੱਲ ਲੈ ਕੇ ਜਿੰਨੇ ਪੈਸੇ ਫੁੱਲਾਂ ਤੇ ਟਰਾਲੀਆਂ ਤੇ ਲਾਣੇ, ਜੇ ਅੱਲਾ ਦੀ ਕਾਬਾ ਦੀ ਰੱਬ ਦੀ ਕਸਮ ਹੈ ਗੁਨਾਹਗਾਰ ਉਠਾ ਕੇ ਕਹਿੰਦਾ, ਜੇ ਕਿਸੇ ਗਰੀਬ ਦੇ ਮੂੰਹ 'ਚ ਨਵਾਲਾ ਪਾ ਦਿਆ, ਜੇ ਮਰਨ ਵਾਲੇ 'ਤੇ ਵੀ ਰੱਬ ਰਹਿਮ ਕਰੇਗਾ, ਤੁਹਾਡੇ 'ਤੇ ਮੇਰੇ 'ਤੇ ਵੀ ਕਰੇਗਾ। ਫੁੱਲ ਪਾਏ ਜਾ ਰਹੇ ਨੇ ਸਾਰੇ, ਅੱਗੇ ਸਾਲ ਦਾ ਪੂਰਾ 12 ਮਹੀਨੇ 11 ਮਹੀਨੇ ਸਾਨੂੰ ਨਹੀਂ ਪਤਾ ਕਬਰ ਢਹਿ ਗਈ ਹੈ ਕਿ ਨਹੀਂ ਢਹਿ ਗਈ, ਜਾ ਕੇ ਨਹੀਂ ਇੱਥੇ ਸਾਰੇ ਉੱਥੇ ਢੁੱਕੇ ਹੁੰਦੇ ਨੇ। ਬਾਜ਼ ਆ ਜਾਓ ਯਾਰੇ, ਸਾਰੇ ਕੰਮ ਇਹਨਾਂ ਦਾ ਮੇਰੇ ਪੈਗੰਬਰ ਦੇ ਨਾਲ ਕੋਈ ਤਾਲੁਕ ਨਹੀਂ ਹੈ। ਫਿਰ ਜੀ ਇਸ ਮਹੀਨੇ ਸ਼ਾਦੀ ਨਹੀਂ ਕਰਨੀ, ਕਿਉਂ ਨਹੀਂ ਕਰਨੀ, ਸੋਗ ਦਾ ਮਹੀਨਾ। ਅੱਲਾ ਦੀ ਕਸਮ, ਰੱਬ ਨੇ ਸਾਲ ਦੇ 12 ਮਹੀਨਿਆਂ 'ਚੋਂ ਕਿਸੇ ਮਹੀਨੇ ਨੂੰ ਕਿਸੇ ਦਿਨ ਨੂੰ ਸੋਗ ਵਾਲਾ ਦਿਨ ਨਹੀਂ ਕੀ ਕਰਾਰ ਦਿੱਤਾ। ਅਗਰ ਸੋਗ ਵਾਲਾ ਦਿਨ ਕਰਾਰ ਦਿੱਤਾ ਜਾਂਦਾ ਉਮਤ ਵਾਸਤੇ, ਮੇਰੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਦੀ ਵਫਾਤ ਇਸ ਕਦਰ ਅਲਮਨਾਕ ਔਰ ਗਮਨਾਕ ਵਾਕਿਆ ਸੀ ਕਿ ਸਹਾਬਾਂ ਨੂੰ ਇਰਦ ਗਿਰਦ ਦਾ ਮਾਹੌਲ ਭੁੱਲ ਜਾਂਦਾ ਜਦੋਂ ਮੇਰਾ ਪੈਗੰਬਰ ਦੁਨੀਆਂ ਤੋਂ ਜਾਂਦਾ ਹੈਗਾ। ਉਸ ਦਿਨ ਨੂੰ ਕਹਿ ਲਓ ਕਿ ਇੱਕ ਗਮ ਦਾ ਦਿਨ ਜਾਂ ਕਹਿ ਲਓ ਅਫਸੋਸ ਦਾ ਦਿਨ ਕਰਾਰ ਦਿੱਤਾ ਜਾਂਦਾ। ਅਗਰ ਉਹ ਦਿਨ ਨਹੀਂ, ਫਿਰ ਕਾਇਨਾਤ ਦੇ ਅੰਦਰ ਕੋਈ ਸ਼ਖਸ ਮੇਰੇ ਪੈਗੰਬਰ ਦੀ ਅਜ਼ਮਤ ਸ਼ਾਨ ਤੋਂ ਉੱਤੇ ਨਹੀਂ ਹੈ। ਫਿਰ ਕਈ ਲੋਕ ਇਸੇ ਮਹੀਨੇ ਦੇ ਅੰਦਰ ਸਹਾਬਾ ਤੇ ਤਾਨੂੰ ਤਸ਼ਨੀ ਕਰਦੇ ਨੇ। ਯਾਦ ਰੱਖਿਆ ਜੀ, ਮੇਰੇ ਪੈਗੰਬਰ ਨੇ ਫਰਮਾਇਆ, ਤੁਸੀਂ ਉਹ ਪਹਾੜ ਦੇ ਬਰਾਬਰ ਸੋਨਾ ਖਰਚ ਕਰ ਦਿਓ, ਮੇਰਾ ਇੱਕ ਸਹਾਬੀ ਇੱਕ ਮੁੱਠ ਇਸ ਤਰ੍ਹਾਂ ਮੁੱਠ ਜੋਵਾਂ ਦੀ ਲਵੇ, ਅੱਲਾ ਦੇ ਰਾਜ ਖਰਚ ਕਰ ਦਿਓ, ਤੁਹਾਡਾ ਸੋਨੇ ਦਾ ਪਹਾੜ ਇੱਕ ਮੁੱਠ ਦੇ ਸਵਾਬ ਨੂੰ ਪਹੁੰਚਣਾ, ਕਿਉਂ ਬੁਰਾ ਭਲਾ ਕਹਿਣਾ। ਕਹਿੰਦੇ ਨੇ ਜੀ, ਹਜ਼ਰਤ ਅਬੂ ਬਕਰ, ਉਮਰ, ਉਸਮਾਨ ਇਹਨਾਂ ਨੂੰ ਹਸਨਾ ਹੁਸੈਨ ਨਾਲ, ਨਾਊਜ਼ ਬਿੱਲਾ ਫਾਤਮਾ ਅਲੀ ਨਾਲ ਦੁਸ਼ਮਣੀ ਸੀ। ਯਾਦ ਰੱਖਿਆ ਜੇ, ਇਹ ਮੈਂ ਜ਼ਾਤੀ ਤੌਰ 'ਤੇ ਮਹਿਸੂਸ ਕਰਨਾ, ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਅਨਹੋ ਹਜੇ ਹਸਨਾ ਹੁਸੈਨ ਨੂੰ ਝਿੜਕ ਲੈਂਦੇ ਹੋਣੇ ਨੇ, ਮੇਰੇ ਪੈਗੰਬਰ ਦੇ ਕਿਸੇ ਸਹਾਬੀ ਨੇ ਝਿੜਕਿਆ। ਇਹ ਬੜੀ ਨੋਟ ਪੁਆਇੰਟ ਵਾਲੀ ਬਾਤ ਜੇ ਯਾਦ ਰੱਖਿਆ ਜੇ, ਬਜ਼ਾਤੇ ਖੁਦ ਬਹਸੀਅਤ ਬਾਪ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਨੂੰ ਡਾਂਟ ਵੀ ਲੈਂਦੇ ਹੋਣਗੇ, ਕੁਛ ਜੋ ਮਰਜ਼ੀ ਕਹਿ ਲੈਂਦੇ ਹੋਣ ਤਰਬੀਅਤ ਦੇ ਤੌਰ 'ਤੇ, ਲੇਕਿਨ ਮੇਰੇ ਪੈਗੰਬਰ ਦੇ ਕਿਸੇ ਵੀ ਸਹਾਬੀ ਨੇ ਹਸਨੋ ਹੁਸੈਨ ਦੇ ਨਾਲ ਕੋਈ ਇੱਕ ਜ਼ਰਾ ਵੀ ਤਲਖ ਕਲਾਮੀ ਨਾਲ ਬਾਤ ਕੀਤੀ? ਕਿਉਂ ਨਹੀਂ ਕੀਤੀ? ਕਿ ਮੇਰੇ ਪੈਗੰਬਰ ਦੇ ਨਵਾਸੇ ਨੇ, ਇਹਨਾਂ ਦੇ ਹੋਂਟਾਂ ਨੂੰ ਮੇਰੇ ਪੈਗੰਬਰ ਨੇ ਚੂਸਿਆ। ਇਹ ਉਹ ਸਵਾਰ ਹੈ ਨੇ ਜਿਨ੍ਹਾਂ ਦੀ ਸਵਾਰੀ ਮੇਰਾ ਪੈਗੰਬਰ ਬਣਿਆ। ਉਹ ਸਹਾਬਾਂ ਨੂੰ ਤਾਂ ਪਿਆਰ ਹੀ ਇੰਨਾ ਸੀ, ਮੈਂ ਪਰਸੋਂ ਵਾਕਿਆ ਨਹੀਂ ਦੱਸਿਆ ਕਿ ਅਬਦੁੱਲਾ ਉਮਰ ਦਾ ਸਗਾ ਬੇਟਾ ਹਜ਼ਰਤ ਉਮਰ ਦੇ ਕੋਲ ਆਇਆ, ਕਿਸੇ ਕੰਮ ਦੀ ਇਜਾਜ਼ਤ ਮੰਗ ਰਿਹਾ, ਆਉਣ ਦੀ ਇਜਾਜ਼ਤ ਨਹੀਂ ਮਿਲੀ। ਅਬਦੁੱਲਾ ਵਾਪਸ ਜਾ ਰਿਹਾ, ਪਿੱਛੇ ਹਜ਼ਰਤ ਹੁਸੈਨ ਰਜ਼ੀ ਅੱਲਾਹ ਤਾਲਾ ਨੂੰ ਜਾਂ ਹਜ਼ਰਤ ਹਸਨ ਨੇ, ਉਹ ਵੀ ਵਾਪਸ ਮੁੜਦੇ। ਜਦੋਂ ਸਕੇ ਪੁੱਤਰ ਨੂੰ ਇਜਾਜ਼ਤਾਂ ਨਹੀਂ ਮਿਲੀਆਂ, ਮੈਨੂੰ ਕਿੱਥੋਂ ਲੱਭਣੀਆਂ? ਹਜ਼ਰਤ ਉਮਰ ਆਵਾਜ਼ ਦਿੰਦੇ, ਉਹ ਪੁੱਤਰ ਹਸਨ ਵਾਪਸ ਆ, ਗੱਲ ਸੁਣ, ਖੈਰੀਅਤ ਹੈ? ਮੀਰਲ ਮੋਮਿਨੀਨ ਜੀ ਕੰਮ ਆਇਆ ਸੀਗਾ, ਲੇਕਿਨ ਤੁਸੀਂ ਆਪਣੇ ਬੇਟੇ ਨੂੰ ਇਜਾਜ਼ਤ ਨਹੀਂ ਦਿੱਤੀ, ਮੈਂ ਇਸ ਵਾਸਤੇ ਵਾਪਸ ਮੁੜਦਾ ਪਿਆ ਹੈਗਾ ਕਿ ਮੈਨੂੰ ਇਜਾਜ਼ਤ ਕਿੱਥੋਂ ਮਿਲਣੀ? ਹਜ਼ਰਤ ਉਮਰ ਫਰਮਾਉਂਦੇ ਨੇ, ਹਸਨ ਇਹ ਉਮਰ ਦਾ ਬੇਟਾ, ਇਹਨੂੰ ਜਵਾਬ ਦਿੱਤਾ ਜਾ ਸਕਦਾ? ਤੁਸੀਂ ਪੈਗੰਬਰ ਦੇ ਨਿਵਾਸੀ ਹੋ, ਤੁਹਾਡੇ ਵਾਸਤੇ ਦਰ ਸਾਰੇ ਖੁੱਲ੍ਹੇ ਨੇ। ਉਹ ਤਾਂ ਇਤਨਾ ਪਿਆਰ ਕਰਦੇ ਸਨ ਯਾਰ। ਅੱਲਾ ਜੋ ਸੁਣਿਆ ਜੋ ਸੁਣਾਇਆ ਅਮਲ ਦੀ ਸਾਨੂੰ ਤੌਫੀਕ ਅਤਾ ਫਰਮਾਏ। ਵਾਹ ਫਿਰ ਉਹਦਾ ਵਾਹ ਨਾਲ ਅਲਹਮਦੁਲਿਲਾ।